ਕੋਈ ਇੱਥੇ ਚੋਣ ਪ੍ਰਚਾਰ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਲਈ ਪਹੁੰਚਿਆ ਹੋਇਆ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਾਇਜ਼ ਹੈ ਕਿ ਸਰਕਾਰੀ ਕੰਮਕਾਜ ਨੂੰ ਛੱਡ ਕੇ, ਸਾਰਾ ਕੁਛ ਛੱਡ ਕੇ ਪੰਜਾਬ ਸਰਕਾਰ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੀ? ਜਦੋਂ ਕਿਸੇ ਘਰ ਵਿਆਹ ਹੁੰਦਾ ਤਾਂ ਉੱਥੇ ਮੇਲ ਦਾ ਆਉਣਾ ਜ਼ਰੂਰੀ ਹੁੰਦਾ, ਇਲੈਕਸ਼ਨ ਹੋ ਰਹੀ ਹੈ, ਇਸ ਅਖਾੜੇ ਵਿੱਚ ਮਗੇ ਹਾਂ ਅਤੇ ਸਾਰਿਆਂ ਦਾ ਆਉਣਾ ਜ਼ਰੂਰੀ ਸੀ। ਦਿੱਲੀ 'ਚ ਇਸ ਵਾਰ ਕਾਂਗਰਸ ਜੀਰੋ ਤੋਂ ਹੀਰੋ ਬਣ ਸਕੇਗੀ? ਸਾਡੇ ਨਾਲ ਕੰਪੈਰੀਜ਼ਨ ਕੀਤਾ ਹੀ ਨਹੀਂ ਜਾ ਸਕਦਾ ਦਿੱਲੀ ਵਾਲਿਆਂ ਨੂੰ। ਸਵਾਲ ਉੱਠ ਰਹੇ ਨੇ ਕਿ ਕਾਂਗਰਸ ਵਾਲੇ ਪੰਜਾਬ ਤੋਂ ਦਿੱਲੀ ਚੋਣ ਪ੍ਰਚਾਰ ਕਿਉਂ ਕਰਨਾ ਹੈ? ਵਿਰੋਧੀਆਂ ਨੇ ਸਵਾਲ ਉਠਾਏ ਨੇ ਭਗਵੰਤ ਮਾਨ ਨੇ। ਪਹਿਲਾਂ ਭਗਵੰਤ ਮਾਨ ਦੱਸ ਦਿਓ, ਪੰਜਾਬ ਦਾ ਨਹੀਂ ਹੈ, ਪੰਜਾਬੀ ਨਹੀਂ ਹੈ। ਪਹਿਲੀ ਸਰਕਾਰ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਸਿਕਿਉਰਿਟੀ ਨਹੀਂ ਲਊਂਗਾ, ਲੈ ਲਈ। ਮੈਂ ਕੋਠੀ ਨਹੀਂ ਲਊਂਗਾ, ਲੈ ਲਈ। ਮੈਂ ਹੈਲੀਕਾਪਟਰ ਜਹਾਜ਼ਾਂ 'ਤੇ ਚੜੂੰਗਾ, ਮੈਂ ਥ੍ਰੀ ਕਲਾਸ ਦੇ ਵਿੱਚ ਜਾਊਂਗਾ, ਚੋਪੜਾ 'ਤੇ ਜਾ ਕੇ ਪ੍ਰਚਾਰ ਕੀਤਾ। ਪਹੁੰਚ ਚੁੱਕੀ ਸੀ ਕੈਪਟਨ ਸਾਹਿਬ ਨੇ ਗੁਟਕੇ ਦੀ ਕਿ ਮੈਂ ਪੰਜਾਬ 'ਚੋਂ ਨਸ਼ਾ ਖਤਮ ਕਰ ਦੂੰਗਾ। ਰੀਸੈਂਟਲੀ 1,000 ਕਰੋੜ ਰੁਪਏ ਦਾ ਨਸ਼ਾ ਫੜਿਆ ਜਾਂਦਾ ਹੈ। ਅੱਜ ਪੰਜਾਬ ਦੀ ਇੱਕ ਅਖਬਾਰ 'ਚ ਖਬਰ ਲੱਗੀ ਹੈ ਕਿ 2019 'ਚ 250 ਦੇ ਕਰੀਬ ਨੌਜਵਾਨ ਚਿੱਟੇ ਦੀ ਭੇਟ ਚੜੇ। ਜਾਨਲੇਵਾ ਜਾਂ ਨਸ਼ੇ ਆਏ, ਇਹ ਸਾਰੇ ਅਕਾਲੀ ਦਲ ਨੇ ਲਿਆਂਦੇ, ਜਿਹਨੂੰ ਖਤਮ ਕਰਨ ਵਾਸਤੇ ਤੁਸੀਂ ਕਹਿੰਦੇ ਹੋ ਕੈਪਟਨ ਸਾਹਿਬ ਨੇ ਕਿਹਾ। ਇਸ ਪੁਆਇੰਟ ਜਿਹੜਾ ਅੰਮ੍ਰਿਤਸਰ 'ਚ ਨਸ਼ਾ ਫੜਿਆ ਗਿਆ ਉਹਦੇ ਵਿੱਚ ਕਾਂਗਰਸੀ ਕੌਂਸਲਰ ਦਾ ਨਾਮ ਵੀ ਬੋਲ ਰਿਹਾ, ਨਾਂ ਤੱਕ ਅਖਬਾਰਾਂ 'ਚ ਕਿਸੇ ਦਾ ਬੋਲਦਾ ਹੁੰਦਾ, ਪ੍ਰੂਵ ਤਾਂ ਨਹੀਂ ਹੋਇਆ। ਜੋ ਕੁਛ ਅਕਾਲੀਆਂ ਨੇ ਦਿੱਲੀ ਦੇ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀਤਾ, ਪਹਿਲਾਂ ਤਾਂ ਪੈਰ ਪਿੱਛੇ ਖਿੱਚੇ ਅਤੇ ਫਿਰ ਆਪ ਹੀ ਹੱਥ ਅੱਗੇ ਵਧਾ ਦਿੱਤਾ ਸਮਰਥਨ ਦੇ ਲਈ। ਸਾਡੇ ਪੰਜਾਬੀ 'ਚ ਕਹਿੰਦੇ ਹੁੰਦੇ ਆ ਕਿ ਫਲਾਨੇ ਨਾਲ ਇਹੋ ਜਿਹੀ ਹੋਗੀ ਜਿਹੜੀ ਖੇਤ ਪਏ ਗਦੇ ਨਾਲ ਨਾ ਹੋਵੇ। ਅੱਜ ਅਕਾਲੀ ਦਲ ਨੇ ਇਹੋ ਜਿਹੀ ਹੋਈ ਹੈ ਕਿ ਇਹਨਾਂ ਨੂੰ ਥੁੱਕ ਕੇ ਚੱਟਣਾ ਪਿਆ। ਐਡੀ ਵੱਡੀ ਮੈਂ ਸਮਝਦੀ ਹਾਂ ਬੇਇੱਜ਼ਤੀ ਜਿਹੜੀ ਅਕਾਲੀ ਦਲ ਦੀ ਇੱਥੇ ਹੋਈ ਹੈ, ਦਿੱਲੀ ਦੇ ਵਿੱਚ ਇੱਕ ਵੀ ਸੀਟ ਨਾ ਦਿੱਤੀ ਜਾਵੇ ਔਰ ਫਿਰ ਇਹ ਮਿਨਿਸਟਰੀ 'ਚ ਬੈਠੇ ਨੇ, ਫਿਰ ਇਹ ਨਾਲ ਫਿਰਦੇ ਨੇ ਦਿੱਲੀ ਚੋਣਾਂ ਦੇ ਵਿੱਚ, ਕਿ ਚਾਹੇ ਬਾਦਲਾਂ ਤੋਂ ਜੀਕੇ ਹੋਣੀ ਵੱਖ ਹੋਏ ਹੋਣ ਜਾਂ ਫਿਰ ਢੀਂਡਸਾ ਹੋਣੀ, ਸਪੋਰਟ ਸਾਰਿਆਂ ਨੇ ਭਾਜਪਾ ਨੂੰ ਕੀਤੀ ਹੈ ਵਿਧਾਨ ਸਭਾ ਚੋਣਾਂ ਦੇ ਲਈ। ਸਾਰੇ ਇੱਕੋ ਥੈਲੀ ਦੇ ਚੱਟੇ ਵੱਟੇ ਨੇ। ਸੰਗਰੂਰ 'ਚ ਤਾਂ ਭਗਵੰਤ ਮਾਨ ਦਾ ਦਬਦਬਾ ਨਾ, ਇਕੱਲਾ ਇਹੀ ਨਹੀਂ ਹੈ ਕਿ ਸਿਰਫ ਉਹਨੂੰ ਘਰੇ ਬੈਠੇ ਨੂੰ ਆਪਣੇ ਜਿਤਾਤਾ, ਉਹਦੇ ਵਿੱਚ ਆਪਣੇ ਉਹਦੀ ਵੀ ਯੋਗਦਾਨ ਹੈਗਾ, ਉਹ ਜਿੱਤਿਆ। ਲੇਕਿਨ 4 ਤੋਂ 1 ਹੀ ਆਈ ਨਾ ਸੀਟ ਪੰਜਾਬ 'ਚ ਜੀ, ਤਿੰਨ ਤਾਂ ਉਹ ਵੀ ਖੋਲੀਆਂ ਲੋਕਾਂ ਨੇ। ਹਰ ਵਾਰ ਕਹਿੰਦੀ ਹੁੰਦੀ ਆ ਵੀ ਇਹ MP ਇਹ ਨਾ ਸੋਚੇ ਕਿ ਆਪ ਕਰਕੇ ਜਿੱਤੇ ਨੇ। ਇਹਦੇ ਵਿੱਚ ਕੁਛ ਕਲਾ ਆਪਣੇ ਇਹਦੇ ਭਗਵੰਤ ਮਾਨ ਨੇ ਆਪਣੀ ਕਲਾਕਾਰੀ ਦੀ ਵੀ ਇਸਤੇਮਾਲ ਕੀਤਾ ਹੈਗਾ, ਹੈਗਾ ਟੈਲੈਂਟ ਉਹਦੇ 'ਚ। ਇਤਿਹਾਸ ਦੇ ਵਿੱਚ ਹੁਣ ਤੱਕ ਸਿਰਫ ਇੱਕ ਵਾਰ ਅਜਿਹਾ ਹੋਇਆ ਹੈ ਕਿ ਪੰਜਾਬ ਸੂਬੇ ਦੀ ਕਮਾਂਡ ਕਿਸੇ ਮਹਿਲਾ ਦੇ ਹੱਥ ਦੇ ਵਿੱਚ ਰਹੀ ਹੋਵੇ, ਅਤੇ ਮਾਣ ਹਾਸਲ ਹੋਇਆ ਸੀ ਕਾਂਗਰਸ ਦੀ ਸੀਨੀਅਰ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਹੋਣਾ ਨੂੰ, ਜੋ ਕਿ ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਬੀਬੀ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ। ਸੋ ਦਿੱਲੀ ਤੁਸੀਂ ਪਹੁੰਚੇ ਹੋਏ ਹੋ ਪੂਰੇ ਲਾਮ ਲਸ਼ਕਰ ਦੇ ਨਾਲ, ਪੰਜਾਬ ਸਰਕਾਰ, ਪੰਜਾਬ ਦੇ MLA, ਕੈਬਨਿਟ ਮੰਤਰੀ, ਹਰ ਕੋਈ ਇੱਥੇ ਚੋਣ ਪ੍ਰਚਾਰ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਲਈ ਪਹੁੰਚਿਆ ਹੋਇਆ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਾਇਜ਼ ਹੈ ਕਿ ਸਰਕਾਰੀ ਕੰਮਕਾਜ ਨੂੰ ਛੱਡ ਕੇ, ਸਾਰਾ ਕੁਝ ਛੱਡ ਕੇ ਪੰਜਾਬ ਸਰਕਾਰ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ? ਦੇਖੋ, ਇਹ ਤਾਂ ਟ੍ਰੈਡੀਸ਼ਨ ਵੀ ਹੈ ਜੀ ਔਰ ਜ਼ਰੂਰੀ ਵੀ ਹੈ। ਸਰਕਾਰਾਂ ਇਹ ਵੋਟਰ ਬਣਾਉਂਦੇ ਨੇ ਜੀ, ਇਹਨਾਂ ਨੂੰ ਬਣਾਉਣ ਵਾਸਤੇ ਇਹਨਾਂ ਨੂੰ ਬਾਕਾਇਦਾ ਆਪਣੀ ਦੱਸਣਾ ਕਿ ਕੀ ਦਿੱਖਿਆ ਸੀ, ਕਿੱਥੇ ਕੀ ਕੀਤਾ। ਹਮੇਸ਼ਾ ਹੀ ਹੁੰਦਾ, ਕੋਈ ਪਹਿਲੀ ਵਾਰ ਨਹੀਂ ਹੋਇਆ। ਇੰਨੀਆਂ ਇਲੈਕਸ਼ਨਾਂ ਹੋਈਆਂ, ਇੰਨੀਆਂ ਸਾਰੀਆਂ ਇਲੈਕਸ਼ਨਾਂ, ਸਾਰੀਆਂ ਹੀ ਪਾਰਟੀਆਂ ਆਪਣਾ ਕੰਮ ਛੱਡ ਕੇ ਇੱਥੇ ਆਉਂਦੀਆਂ ਨੇ ਔਰ ਅਸੀਂ ਆਪਣਾ ਕੰਮ ਛੱਡ ਕੇ ਨਹੀਂ ਆ ਰਹੇ। ਸਾਡਾ ਤਾਂ ਪੰਜਾਬ ਨਾਲ ਲੱਗਦਾ, ਸਾਰੇ ਮਿਨਿਸਟਰਸ ਆਪੋ ਆਪਣੇ ਜਿਹੜੇ ਹੈਗੇ ਨਾਲ ਕੰਮਕਾਜ ਕਰੀ ਜਾ ਰਹੇ ਹੈ। ਅੱਜ ਕੱਲ੍ਹ ਬੜਾ ਸਿਸਟਮ ਹੈਗਾ, ਕਈ ਚੀਜ਼ਾਂ ਉੱਥੇ ਜਾ ਕੇ ਮਿਨਿਸਟਰਸ ਆਪਣੇ ਜਿਹੜੇ ਪੋਲੀਟੀਕਲ ਡਿਸੀਜਨ ਹੁੰਦੇ ਨੇ ਉਹ ਦੇ ਕੇ ਗਾਈਡਲਾਈਨਾਂ ਦੇ ਆਉਂਦੇ ਅਤੇ ਅਫਸਰਾਂ ਨੇ ਕੰਮ ਕਰਨਾ ਕਰ ਰਿਹਾ। ਸਾਡਾ ਕੋਈ ਕੰਮ ਨਹੀਂ ਸਫ਼ਰ ਕਰ ਰਿਹਾ ਕਿ ਸਾਡਾ ਪਾਰਟੀ ਦੀ ਇਲੈਕਸ਼ਨ ਹੋ ਰਹੀ ਹੈ। ਜੇ ਜਦੋਂ ਕਿਸੇ ਘਰ ਵਿਆਹ ਹੁੰਦਾ ਤਾਂ ਉੱਥੇ ਮੇਲ ਦਾ ਆਉਣਾ ਜ਼ਰੂਰੀ ਹੁੰਦਾ, ਇਸ ਕਰਕੇ ਇਹ ਸਿਆਸੀ ਜਿਹੜਾ ਹੈਗਾ ਇਲੈਕਸ਼ਨ ਹੋ ਰਹੀ ਹੈ, ਇਸ ਅਖਾੜੇ ਵਿੱਚ ਮਗੇ ਹਾਂ ਅਤੇ ਸਾਰਿਆਂ ਦਾ ਆਉਣਾ ਜ਼ਰੂਰੀ ਸੀ, ਅਸੀਂ ਆਪਣਾ ਫਰਜ਼ ਪੂਰਾ। ਕੀ ਤੁਹਾਨੂੰ ਲੱਗਦਾ ਦਿੱਲੀ 'ਚ ਇਸ ਵਾਰ ਕਾਂਗਰਸ ਜੀਰੋ ਤੋਂ ਹੀਰੋ ਬਣ ਸਕੇਗੀ? ਦੇਖੋ, ਕਾਂਗਰਸ ਤਾਂ ਹੀਰੋ ਹੀ ਸੀ ਅਤੇ ਹੀਰੋ ਹੀ ਰਹੇਗੀ ਕੁਛ ਸਮਿਆਂ ਵਿੱਚ, ਟੈਂਪਰੇਰੀਲੀ। ਮੈਂ ਸਮਝਦੀ ਹਾਂ ਕਿ ਦਿੱਲੀ ਨੂੰ ਥੋਥੇ ਅਤੇ ਫੋਕੇ ਮੁਨਾਰਿਆਂ ਦੇ ਵਿੱਚ ਭਰਮਾ ਕੇ ਸਾਡੇ ਵੀ ਵੋਟਰਾਂ ਨੂੰ ਇੱਥੋਂ ਪਾਵਰ ਹਥਿਆਈ ਹੈ ਸਾਡੇ ਵਿਰੋਧੀਆਂ ਨੇ। ਲੇਕਿਨ ਹਮੇਸ਼ਾ ਨਹੀਂ ਇਹ ਹੁੰਦਾ, ਕਾਂਗਰਸ ਦੇ ਤੌਰ 'ਤੇ ਇੱਕ ਜਿਹੜੀ ਪੱਕੀ ਮੋਹਰ ਲੱਗ ਚੁੱਕੀ ਹੈ। ਅੱਜ ਮੈਂ, ਤੁਸੀਂ ਦਿੱਲੀ ਵਿੱਚ ਕਿਹਾ ਹੀਰੋ, ਮੈਂ ਅੱਜ ਕਹਿੰਦੀ ਕਿ ਅੱਜ ਵੀ ਅਸੀਂ ਹੀਰੋ ਹਾਂ। ਮੈਨੂੰ ਅੱਜ ਤੱਕ ਦੇ ਚਾਹੇ BJP ਦੇ ਮੰਤਰੀ ਹੋਣ, CM ਰਹੇ ਹੋਣ, ਚਾਹੇ ਆਪ ਦੇ ਕੇਜਰੀਵਾਲ ਜੀ ਰਹੇ ਨੇ, ਮੈਨੂੰ ਸਾਡੇ ਨਾਲ ਦੋਨਾਂ ਪਾਰਟੀਆਂ ਨੂੰ ਇਕੱਠੇ ਕਰਕੇ ਸਾਡੀ ਕਾਂਗਰਸ ਦੀ ਸਮੇਂ ਦੇ ਵਿਕਾਸ ਦੇ ਨਾਲ ਕੰਪੈਰੀਜ਼ਨ ਕਰਕੇ ਦਿਖਾਓ। ਜੇ ਸਾਡੇ ਸਮੇਂ 'ਚ ਐਡੇ ਬ੍ਰਿਜ, ਐਡੇ ਇੰਸਟੀਟਿਊਸ਼ਨ, ਇੰਨੇ ਇੰਨੇ ਹੋਸਪਿਟਲ ਚੀਜ਼ਾਂ ਆਈਆਂ, ਤਾਂ ਅਸੀਂ ਹੀਰੋ ਹੋਏ, ਅੱਜ ਵੀ ਹੀਰੋ ਹੋਏ। ਅਤੇ ਇਹਨਾਂ ਨੇ ਜਿਹੜੇ ਹੈਗੇ, ਇਹਨਾਂ ਦੇ ਸਮੇਂ 'ਚ ਕੁਛ ਵੀ ਨਹੀਂ ਕੋਈ ਚੀਜ਼। ਹੁਣ ਤਾਂ ਦਿੱਲੀ ਵਾਲੇ ਹੀਰੋ ਮੰਨਦੇ ਨਾ ਕੇਜਰੀਵਾਲ ਨੂੰ, ਕਿ ਉਹਨੇ ਸਕੂਲ ਬਣਾ ਦਿੱਤੇ, ਮੁਹੱਲਾ ਕਲੀਨਿਕ ਬਣਾ ਦਿੱਤੇ, ਹਸਪਤਾਲਾਂ 'ਚ ਸੁਧਾਰ ਕਰਤਾ। ਇਹ ਸਾਰੀਆਂ ਚੀਜ਼ਾਂ ਪਹਿਲਾਂ ਵੀ ਸੀ, ਇਹਨੂੰ ਹਾਈਲਾਈਟ ਕੇਜਰੀਵਾਲ ਜੀ ਦਾ ਪਿਛਲੇ ਸਮੇਂ 'ਚ, ਸਾਡੀ ਇਸ ਤੋਂ ਜਿਹੜੀ ਪਹਿਲੇ ਕੁਛ ਸਾਲਾਂ ਦੀ ਗੱਲ ਹੈ,
ਕੇਜਰੀਵਾਲ ਜੀ ਨੇ ਸਾਰਾ ਫੋਕਸ ਪਤਾ ਨਹੀਂ ਕਿੰਨੇ 100 ਕਰੋੜ ਰੁਪਇਆ ਖਰਚ ਕੇ ਉਹ ਉਹਨਾਂ ਨੇ ਆਪਣੀ ਪਬਲਿਸਿਟੀ 'ਤੇ ਲਾਇਆ। ਉਸ ਵੇਲੇ ਇਹਨਾਂ ਨੂੰ ਜਦੋਂ ਪਿਛਲੀ ਪਾਰਲੀਮੈਂਟ ਇਲੈਕਸ਼ਨ ਹੋਈ ਹੈ ਸ਼ਾਇਦ ਇਹਨਾਂ ਦੀ ਪਾਰਲੀਮੈਂਟ ਦੇ ਉੱਪਰ ਅੱਖ ਸੀ, ਸਾਰਿਆਂ ਸੂਬਿਆਂ 'ਚ 200 ਕਰੋੜ ਰੁਪਇਆ ਖਰਚਿਆ ਇਹਨਾਂ ਨੇ ਦਿਖਾਇਆ। ਅਤੇ ਇਹ ਸਾਰੇ ਬਿਜਲੀ ਪਾਣੀ ਜਾਂ ਚੀਜ਼ਾਂ ਜਿਹੜੀ ਤੁਸੀਂ ਕਹਿ ਰਹੇ ਹੋ ਸਕੂਲਾਂ 'ਚ ਦੇਖਿਆ ਛੋਟੇ ਮੋਟੇ ਹਮੇਸ਼ਾ ਹੀ ਸੀ, ਸਾਡੇ ਵੇਲੇ ਵੀ ਸੀ, ਅੱਜ ਵੀ ਹੈਗੀ ਹੈ। ਹਾਂ, ਇਹਨਾਂ ਨੇ ਹਾਈਲਾਈਟ ਕਰ ਰਹੇ ਹੈ, ਇਹ ਅਸੀਂ ਹਾਈਲਾਈਟ ਨਹੀਂ ਕੀਤਾ, ਅਸੀਂ ਕਹਿੰਦੇ ਹਾਂ ਕਿ ਤੱਕ ਨੂੰ ਪ੍ਰਮਾਣਗੀ ਸਾਹਮਣੇ ਨਜ਼ਰ ਆ ਰਿਹਾ ਸਾਰਾ ਕੁਛ। ਸੋ ਇਸ ਕਰਕੇ ਇਹ ਨਜ਼ਰ ਇਸ ਕਰਕੇ ਆ ਰਿਹਾ ਹੈਗਾ, ਇਹਨਾਂ ਨੂੰ ਜ਼ਰੂਰਤ ਪੈਂਦੀ ਹੈ ਕੇਜਰੀਵਾਲ ਜੀ ਨੂੰ, ਕਿਉਂਕਿ ਵਿੱਚੋਂ ਖੋਖਲੇ ਹੈ, ਇਹਨਾਂ ਦੀ ਆਪ ਸਰਕਾਰ ਵਿੱਚੋਂ ਖੋਖਲੀ ਹੈ। ਕਿਹੋ ਜਿਹੀ ਸਰਕਾਰ ਹੈ, ਕਿੱਥੇ ਸਰਕਾਰ ਹੈ, ਕਿੰਨੀਆਂ ਇਨਕੁਆਇਰੀਆਂ ਹੋਈਆਂ, ਕਿੰਨੇ ਘਪਲੇ ਹੋਏ, ਕਿੰਨੇ ਬੰਦੇ ਫੜੇ ਗਏ, ਕੀ ਇਹਨਾਂ ਦੇ ਕੋਲ ਸੀ ਅਤੇ ਕੀ ਇਹਨਾਂ ਨੇ ਕੁਛ ਸਾਬਤ ਨਹੀਂ ਨਾ ਹੋਇਆ ਅਜੇ ਤੱਕ। ਕੇਜਰੀਵਾਲ ਤਾਂ ਸਿੱਧਾ ਚੈਲੰਜ ਕਰਦੇ ਨੇ ਕਿ ਸਾਬਤ ਕਰਕੇ ਦਿਖਾਓ ਕੁਛ। ਉਹ ਅੱਜ ਕਿਉਂਕਿ ਜਿਹੜੀ ਹੱਥ ਪਾਉਣ ਵਾਲੀ ਸੀ ਬੀਜੇਪੀ ਸਰਕਾਰ ਸੀ, ਬੀਜੇਪੀ ਸਰਕਾਰ ਦੇ ਆਪਦੇ ਹੀ ਇਸ ਤਰ੍ਹਾਂ ਦੇ ਮਾਮਲੇ ਛਿੜੇ ਹੋਏ ਨੇ। ਔਰ ਜਿਸ ਤਰ੍ਹਾਂ ਅਸੀਂ ਕਹਿੰਦੇ ਹੈਗੇ ਹਾਂ ਕਿ ਜੇ ਹੋਇਆ ਸੀ ਤਾਂ ਫਿਰ ਇਹਨੂੰ ਕੇਜਰੀਵਾਲ ਨੂੰ ਰਿਜ਼ਾਈਨ ਛੱਡ ਦੇ ਕੇ ਉੱਥੇ ਬਾਰ ਮੂਹਰੇ ਬੈਠਣਾ ਚਾਹੀਦਾ ਸੀ, ਪ੍ਰਾਈਮ ਮਿਨਿਸਟਰ ਅਤੇ ਬੀਜੇਪੀ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ। ਉਹ ਸਰਕਾਰ ਦਾ ਲਾਲਚ ਨਹੀਂ ਸੀ ਕਰਨਾ ਚਾਹੀਦਾ ਕਿ ਮੇਰੀ ਪਾਰਟੀ ਨੂੰ ਬਦਨਾਮ ਕਰ ਰਹੇ ਹੋ, ਮੇਰੇ ਮੰਤਰੀ ਨੂੰ ਬਦਨਾਮ ਕਰ ਰਹੇ ਹੋ, ਮੈਨੂੰ ਪਰੇਸ਼ਾਨ ਕਰ ਰਹੇ ਹੋ, ਅਤੇ ਮੈਂ ਸੱਚਾ ਹੈਗਾ ਮੈਂ ਸਾਰਾ ਅਸਤੀਫਾ ਦੇ ਕੇ ਆ ਬੈਠਾ, ਇੱਥੇ ਤੁਸੀਂ ਮੈਨੂੰ ਆਪਣਾ ਜਦ ਤੱਕ ਅਪਰੂਵ ਕਰੋ ਜਾਂ ਮਾਫ਼ੀ ਮੰਗੇ ਜਿਹੜੀ ਬੀਜੇਪੀ ਵਾਲੀ ਜਿਹਨਾਂ ਨੇ ਕੀਤਾ ਹੈ। ਬਦਨਾਮ ਤਾਂ ਪੰਜਾਬ 'ਚ ਕਾਂਗਰਸ ਸਰਕਾਰ ਨੂੰ ਵੀ ਲੋਕ ਕਰਦੇ ਨੇ, ਵਿਰੋਧੀ ਕਰਦੇ ਨੇ, ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰਦੇ ਨੇ ਮੰਤਰੀਆਂ ਬਾਰੇ, ਮੁੱਖ ਮੰਤਰੀ ਬਾਰੇ, MLAs ਬਾਰੇ। ਬਿਆਨਬਾਜ਼ੀਆਂ ਹੀ ਕਰਦੇ ਹੈ ਸਾਡੇ ਤਾਂ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸਾਰੇ ਕੇਸ ਕੋਰਟਾਂ ਐਰਾ ਵਗੈਰਾ ਚਾਹ ਕੇ ਕੁਛ ਹੋਇਆ ਨਹੀਂ, ਨੰਬਰ 1। ਨੰਬਰ 2, ਸਾਡੇ ਨਾਲ ਕੰਪੈਰੀਜ਼ਨ ਕੀਤਾ ਹੀ ਨਹੀਂ ਜਾ ਸਕਦਾ ਦਿੱਲੀ ਵਾਲਿਆਂ ਦਾ, ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਜੀ। ਇਹਦਾ ਕੀ ਇਮਤਿਹਾਨ ਹੈ ਮੈਨੂੰ ਦੱਸੇ ਕਿ ਦਿੱਲੀ ਵਾਲੇ ਕੇਜਰੀਵਾਲ ਜੀ ਕਿਹੜੇ ਸਮੇਂ 'ਤੇ ਕਿਹੜੇ ਫਰੰਟ 'ਤੇ ਕਿੱਥੇ ਲੜੇ, ਕਿਹੜੇ ਅਮਨ ਵਾਸਤੇ ਲੜੇ? ਅਸੀਂ ਬਾਰਡਰ 'ਤੇ ਲੜੇ, ਅਸੀਂ ਪੰਜਾਬ ਦੇ ਉਹਨਾਂ ਅੱਤਵਾਦ ਨਾਲ ਲੜੇ, ਅਸੀਂ ਉੱਥੇ ਅਮਨ ਅਤੇ ਸ਼ਾਂਤੀ ਲਿਆ ਕੇ ਦਿਖਾਈ, ਅਸੀਂ 32,000 ਆਪਣੇ ਕਾਂਗਰਸੀਆਂ ਨੇ ਜਾਨਾਂ ਥੇੜੀ 'ਚ ਧਰ ਕੇ ਜਿਹੜੀਆਂ ਅਸੀਂ ਉਹ ਰੱਬ ਨੂੰ ਪਿਆਰੇ ਹੋ ਕੇ ਚਲੇ ਗਏ, ਕੁਰਬਾਨੀਆਂ ਕੀਤੀਆਂ। ਇਹਨਾਂ ਨੇ ਕੀ ਕੀਤਾ? ਇੱਕ ਅੰਨਾ ਹਜ਼ਾਰੇ ਜੀ ਜਿਹੜੇ ਨੈਸ਼ਨਲਿਸਟ ਸੀਗੇ, ਬਹੁਤ ਵੱਡੇ ਦੇਸ਼ ਭਗਤ ਸੀਗੇ, ਉਹਨਾਂ ਦੀ ਬੈਕ 'ਤੇ, ਉਹਨਾਂ ਦੀ 'ਤੇ ਬੈਠ ਕੇ, ਉਹਨਾਂ ਦੇ ਮੋਢਿਆਂ ਤੋਂ ਆਉਂਦੀ ਉੱਤਰ ਕੇ ਉਹਦੇ ਵਿੱਚੋਂ ਸਿਆਸਤ ਦੇਖੀ ਆਪਣੇ। ਅੰਨਾ ਹਜ਼ਾਰੇ ਜੀ ਦੇ ਮਗਰ ਜੇ ਲੱਗੇ ਹੁੰਦੇ, ਉਹਨਾਂ ਦੇ ਪੱਕੇ ਫਾਲੋਅਰ ਹੁੰਦੇ, ਤਾਂ ਉਸੇ ਤਰ੍ਹਾਂ ਨਾਲ ਹੀ ਇਹ ਇਹਨਾਂ ਮੁੱਦਿਆਂ 'ਤੇ ਸਰਕਾਰ ਦੀ ਲਾਲਸਾ ਛੱਡਦੇ, ਉਹਨਾਂ ਮੁੱਦਿਆਂ 'ਤੇ ਅੱਜ ਵੀ ਅੰਨਾ ਹਜ਼ਾਰੇ ਜੀ ਨਾਲ ਬੈਠ ਕੇ, ਚਾਹੇ ਉਹ ਬੀਜੇਪੀ 'ਚ ਗਲਤ ਹੋ ਰਿਹਾ, ਚਾਹੇ ਕਾਂਗਰਸ 'ਚ ਗਲਤ ਹੋ ਰਿਹਾ, ਜਿੱਥੇ ਇਹਨਾਂ ਨੂੰ ਲੱਗਦਾ ਕਿ ਗਲਤ ਹੋ ਰਿਹਾ ਉਸ ਥਾਂ 'ਤੇ ਬਹਿ ਕੇ ਪਹਿਰਾ ਦਿੰਦੇ। ਇਹਨਾਂ ਨੂੰ ਸਿਆਸਤ ਦਾ ਅਤੇ ਸਰਕਾਰੀ ਕੁਰਸੀ ਦੀ ਲਾਲਚ ਕਿੱਥੋਂ ਜਾਗਿਆ? ਅੰਨਾ ਹਜ਼ਾਰੇ ਜੀ ਨੇ ਤਾਂ ਕਿਹਾ ਸੀ ਕਿ ਸਿਲੈਕਸ਼ਨਾਂ 'ਚ ਲੜਾਂਗੇ, ਔਰ ਲੜੇ ਵੀ ਨਹੀਂ ਹੈ। ਅੱਜ ਕਿੱਥੇ ਨੇ ਅੰਨਾ ਹਜ਼ਾਰੇ ਜੀ? ਔਰ ਖੁਦ ਅੰਨਾ ਹਜ਼ਾਰੇ ਜੀ ਨੇ ਕਿਹਾ ਸੀਗਾ ਕਿ ਸਾਡੀ ਇਹਨਾਂ ਨੇ ਨਾਲ ਧੋਖਾ ਕੀਤਾ, ਇਹਨਾਂ ਨੇ ਸਿਆਸਤ ਇਸ ਵਿੱਚੋਂ ਕੱਢੀ ਹੈ ਕੇਜਰੀਵਾਲ ਜੀ। ਪਰ ਇਹ ਪਹਿਲੀ ਵਾਰ ਹੋ ਰਿਹਾ ਕਿ ਬੀਬੀ ਜੀ ਸਵਾਲ ਉੱਠ ਰਹੇ ਨੇ ਕਿ ਕਾਂਗਰਸ ਵਾਲੇ ਪੰਜਾਬ ਤੋਂ ਦਿੱਲੀ ਚੋਣ ਪ੍ਰਚਾਰ ਕਿਉਂ ਕਰਨਾ ਹੈ? ਵਿਰੋਧੀਆਂ ਨੇ ਸਵਾਲ ਉਠਾਏ ਨੇ, ਭਗਵੰਤ ਮਾਨ ਨੇ ਤਾਂ ਇਸ ਤੱਕ ਇੱਥੋਂ ਤੱਕ ਆਖਿਆ ਕਿ ਕਾਂਗਰਸ ਹੀ ਕਿਸ ਮੂੰਹ ਦੇ ਨਾਲ ਦਿੱਲੀ ਦੇ ਵਿੱਚ ਵੋਟਾਂ ਮੰਗਣਾ ਹੈ? ਪਹਿਲਾਂ ਭਗਵੰਤ ਮਾਨ ਦੱਸ ਦਿਓ, ਪੰਜਾਬ ਦਾ ਨਹੀਂ ਹੈ ਜੀ, ਪੰਜਾਬੀ ਨਹੀਂ ਹੈ? ਨਹੀਂ, ਉਹਨਾਂ ਆਖਿਆ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਤਾਂ ਕੰਮ ਕੀਤੇ ਨਹੀਂ ਅਤੇ ਹੁਣ ਦਿੱਲੀ ਦੇ ਵਿੱਚ ਲੋਕਾਂ ਨੂੰ ਕੀ ਆਖਣਗੇ? ਇਹੀ ਦੱਸ ਰਹੀ ਹਾਂ ਪਹਿਲਾਂ ਕਿ ਪੰਜਾਬ ਵਿੱਚ ਤਾਂ ਉਹ ਕੰਮ ਹੋਏ ਜਿਹੜਿਆਂ ਦੇ ਸਾਹਮਣੇ, ਜਦੋਂ ਮੈਨੂੰ ਦੱਸ ਦਿਓ, ਜਦੋਂ ਇੱਥੇ ਅੱਤਵਾਦ ਸੀ, ਮੌਜੂਦਾ ਸਰਕਾਰ ਦੀ ਗੱਲ ਕੀਤੀ, ਮੈਂ ਮੌਜੂਦਾ ਸਰਕਾਰ ਦੀ ਗੱਲ ਕਰਦੀ ਹਾਂ ਨਾ, ਮੌਜੂਦਾ ਸਰਕਾਰ ਦੀ ਗੱਲ ਕਰਦੀ ਹਾਂ, ਉਹ ਬੀਜੇ ਹੋਏ ਕੰਡੇ ਜਿਹਦੇ ਪਿੱਛੇ ਅਸੀਂ ਪਹਿਲਾਂ ਕੁਰਬਾਨੀਆਂ ਕੀਤੀਆਂ, ਅੱਜ ਉਹ ਕੰਡਿਆਂ ਦੇ ਵਿੱਚੋਂ ਪੰਜਾਬ ਦੀ ਸਰਕਾਰ ਇਹ ਦੱਸਣ ਆਈ ਹੈ ਇੱਥੇ ਕਿ ਚੋਣਾਂ ਦੇ ਵਿੱਚ ਵਾਅਦੇ ਜਿਵੇਂ ਕੀਤੇ ਕੇਜਰੀਵਾਲ ਜੀ ਨੇ ਆਪ ਦੀ, ਮੈਂ ਪਹਿਲਾਂ ਗੱਲ ਕਰਦੀ ਹਾਂ, ਪਹਿਲੀ ਸਰਕਾਰ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਸਿਕਿਉਰਿਟੀ ਨਹੀਂ ਲਊਂਗਾ, ਲੈ ਲਈ, ਮੈਂ ਕੋਠੀ ਨਹੀਂ ਲਊਂਗਾ, ਲੈ ਲਈ, ਮੈਂ ਹੈਲੀਕਾਪਟਰ ਜਹਾਜ਼ਾਂ 'ਤੇ ਚੜੂੰਗਾ, ਮੈਂ ਆਪਣਾ 3rd ਕਲਾਸ ਦੇ ਵਿੱਚ ਜਾਊਂਗਾ, ਚੋਪਰਾਂ 'ਤੇ ਜਾ ਕੇ ਪ੍ਰਚਾਰ ਕੀਤਾ, ਅਤੇ ਅੰਨਾ ਹਜ਼ਾਰੇ ਦੀ ਅੰਦੋਲਨ ਦੇ ਵਿੱਚੋਂ ਆਪਣੀ ਸਿਆਸਤ ਦੀ ਕੁਰਸੀ, ਸਰਕਾਰ ਦੀ ਕੁਰਸੀ ਕੱਢੀ। ਇਹ ਸਾਰੇ ਵਾਅਦੇ ਝੂਠੇ ਨਿਕਲੇ ਨਾ ਕੇਜਰੀਵਾਲ ਜੀ ਦੇ। ਦੂਜੇ ਪਾਸੇ ਅਸੀਂ ਇਹੀ ਦੱਸਣ ਆਏ ਹਾਂ ਕਿ ਅਸੀਂ ਜੋ ਵਾਅਦੇ ਕੀਤੇ ਹੈ ਉਹ ਸਾਬਤ ਕੀਤੇ ਹੈ। ਅਸੀਂ ਕਿਸਾਨਾਂ ਦੇ ਨਾਲ ਕਿਹਾ ਸੀ, ਅਸੀਂ ਕਿਸਾਨਾਂ ਦਾ ਪਹਿਲੇ 10 ਮਹੀਨਿਆਂ 'ਚ, ਇਨਸਪਾਈਟ ਆਫ ਦੈਟ ਕਿ ਸਾਨੂੰ ਬੀਜੇਪੀ ਅਤੇ ਅਕਾਲੀ ਦਲ ਇਹਨਾਂ ਨੇ ਪੰਜਾਬ ਦੇ ਨਾਲ ਧਰੋਹ ਕੀਤਾ, ਧੱਕਾ ਕੀਤਾ, ਵਿਤਕਰਾ ਕੀਤਾ, ਸਾਰਾ ਆਰਥਿਕ ਭਾਰ ਜਾਣਬੁੱਝ ਕੇ ਪਾਇਆ ਕਿ ਸਾਡੀ ਸਰਕਾਰ ਚੱਲ ਨਾ ਸਕੇ। ਮੈਨੂੰ ਕੋਈ ਸਰਕਾਰ ਦੱਸ ਦਿਓ, ਚਾਹੇ ਦਿੱਲੀ ਦੀ ਕੇਜਰੀਵਾਲ ਜੀ ਦੀ ਦੱਸ ਦਿਓ, ਚਾਹੇ ਮੈਨੂੰ ਮੋਦੀ ਸਾਹਿਬ ਦੀ ਦੱਸ ਦਿਓ, ਦੂਜੀ ਵਾਰ ਟਰਮ ਜਿੱਤ ਕੇ ਆ ਗਿਆ, ਚਾਹੇ ਅਕਾਲੀ ਦਲ ਦੇ 10 ਸਾਲ ਇਕੱਠੇ ਸਰਕਾਰ ਰਹੇ ਉਹ ਦੱਸ ਦਿਓ, ਜਿਨ੍ਹਾਂ ਨੇ 10 ਸਾਲਾਂ 'ਚ ਜਾਂ ਮੋਦੀ ਜੀ ਨੇ ਪਿਛਲੇ ਪੂਰੀ ਟਰਮ 'ਚ ਆਪਣੇ ਕੀਤੇ ਵਾਅਦੇ ਪੂਰੇ ਕੀਤੇ ਹੋਣ, ਅਸੀਂ ਦੱਸਣ ਆਇਆ ਉਹ, ਇਹ ਦੱਸਣ ਆਇਆ ਕਿ ਲੋਕੋ ਦੇਖੋ, ਮੋਦੀ ਜੀ ਨੇ ਕਿਹਾ ਸੀਗਾ ਚਿੱਟਾ ਧਨ ਲਿਆਊਂਗਾ, ਲਿਆਂਦਾ ਨਹੀਂ। ਇਹਨਾਂ ਨੇ ਕਿਹਾ ਸੀਗਾ ਕਿ ਮੈਂ ਆਪਣਾ ਇੱਥੇ ਤੁਹਾਡੇ 15 ਲੱਖ ਜੇਬ 'ਚ ਪਾਊਂਗਾ, ਪਾਇਆ ਨਹੀਂ। ਇਵੇਂ ਜਿਵੇਂ ਕੇਜਰੀਵਾਲ ਜੀ ਨੇ ਆਪਣੇ 3-4 ਵਾਅਦੇ ਗਿਣਾਏ ਹੈ, ਨਾ ਮੈਂ ਸਿਕਿਉਰਿਟੀ ਲਊਂ, ਨਾ ਮੈਂ ਕੋਠੀ ਲਊਂ, ਨਾ ਮੈਂ ਹੈਲੀਕਾਪਟਰ 'ਤੇ ਚੜੂੰਗਾ, ਨਾ ਮੈਂ ਪਹਿਲਾਂ ਅੰਦੋਲਨ ਵੇਲੇ ਜਦੋਂ ਅੰਨਾ ਹਜ਼ਾਰੇ ਜੀ ਵੇਲੇ, ਨਾ ਮੈਂ ਸਿਆਸਤ ਵਿੱਚ ਆਊਂਗਾ, ਸਾਰੇ ਵਾਅਦੇ ਤੋੜੇ।
ਜਿਹੜੀਆਂ ਪਾਰਟੀਆਂ 10 ਸਾਲ 'ਚ ਨਹੀਂ ਕਰ ਸਕੇ, 10 ਮਹੀਨਿਆਂ 'ਚ ਕਰਕੇ ਦਿਖਾਇਆ। ਅਸੀਂ ਕਿਸਾਨਾਂ ਨੂੰ ਬਿਜਲੀ ਸੌਂ ਚੁੱਕੀ ਸੀ ਕੈਪਟਨ ਸਾਹਿਬ ਨੇ ਗੁਟਕੇ ਦੀ ਕਿ ਮੈਂ ਪੰਜਾਬ 'ਚੋਂ ਨਸ਼ਾ ਖਤਮ ਕਰ ਦੂੰਗਾ। ਰੀਸੈਂਟਲੀ 1,000 ਕਰੋੜ ਰੁਪਏ ਦਾ ਨਸ਼ਾ ਫੜਿਆ ਜਾਂਦਾ ਹੈ। ਅੱਜ ਪੰਜਾਬ ਦੀ ਇੱਕ ਅਖਬਾਰ 'ਚ ਖਬਰ ਲੱਗੀ ਹੈ ਕਿ 2019 'ਚ 250 ਦੇ ਕਰੀਬ ਨੌਜਵਾਨ ਚਿੱਟੇ ਦੀ ਭੇਟ ਚੜ੍ਹੇ ਨੇ। ਇਹ ਮੈਂ ਨਸ਼ੇ ਦੀ ਭੇਟ ਪੰਜਾਬ ਚੜ੍ਹਿਆ, ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ। ਲੇਕਿਨ ਦੂਜੇ ਪਾਸੇ ਇਹ ਨਸ਼ੇ ਆਏ ਕਦੋਂ ਹੈ, ਕੋਈ ਦੱਸ ਸਕੇਗਾ ਜੀ? ਕਿ ਚਿੱਟੇ ਦਾ ਨਾਂ ਜਦੋਂ ਸਾਡੀ 2002-07 ਤੱਕ ਸਰਕਾਰ ਰਹੀ ਹੈ ਕਾਂਗਰਸ ਦੀ ਜੀ, ਚਿੱਟੇ ਦਾ ਨਾਂ ਅਸੀਂ ਨਹੀਂ ਜਾਣਦੇ, ਦੇਸ਼ ਨਹੀਂ ਸੀ ਜਾਣਦਾ ਜੀ, ਅਤੇ ਇਵੇਂ ਜਿਵੇਂ ਸਿੰਥੈਟਿਕ ਡਰੱਗ ਕੋਈ ਨਹੀਂ ਸੀ ਜਾਣਦਾ। ਇਹ ਸਾਰੇ ਚੀਜ਼ਾਂ ਜਿਹੜੀਆਂ ਨਸ਼ੇ ਆਏ, ਜਾਨਲੇਵਾ ਨਸ਼ੇ ਆਏ, ਇਹ ਸਾਰੇ ਅਕਾਲੀ ਦਲ ਨੇ ਲਿਆਂਦੇ, ਜਿਹਨੂੰ ਖਤਮ ਕਰਨ ਵਾਸਤੇ ਤੁਸੀਂ ਕਹਿੰਦੇ ਹੋ ਕੈਪਟਨ ਸਾਹਿਬ ਨੇ ਕਿਹਾ ਸਹੁੰ ਚੁੱਕੀ ਹੈ। ਕੈਪਟਨ ਸਾਹਿਬ ਨੇ ਸਹੁੰ ਚੁੱਕਦਿਆਂ ਸਾਰ ਐਸੇ ਸਖ਼ਤ ਕਾਨੂੰਨ ਬਣਾਏ ਹੈ, ਕਿਉਂਕਿ ਸਰਕਾਰ ਹਮੇਸ਼ਾ ਕਾਨੂੰਨਾਂ ਨਾਲ ਚੱਲਦੀ ਹੈ, ਰੂਲਾਂ ਨਾਲ ਚੱਲਦੀ ਹੈ। ਕੋਰਟਾਂ ਬੈਠੀਆਂ, ਹੋਰ ਬੈਠੀਆਂ, ਕਿਸੇ ਨੂੰ ਸਿੱਧਾ ਫੜ ਕੇ ਆਏ ਨਹੀਂ ਕਿ ਅਸੀਂ ਕਰਤਾ ਅਤੇ ਨਸ਼ਾ ਗੋਲੀ ਮਾਰਤੀ ਪਾਸੇ ਕਰਤਾ, ਇਹ ਨਹੀਂ ਹੁੰਦਾ। ਉੱਥੇ ਇਹ ਹੁੰਦਾ ਕਿ ਪ੍ਰੂਵ ਕਰਨਾ ਪੈਂਦਾ ਹਰ ਚੀਜ਼। ਉਹ ਪ੍ਰੂਵ ਕਰਨ ਵਾਸਤੇ ਅਸੀਂ ਬਾਕਾਇਦਾ ਕਮਿਸ਼ਨ ਬਿਠਾਏ। ਅਸੀਂ ਕਮਿਸ਼ਨ ਬਿਠਾਉਣ ਤੋਂ ਬਾਅਦ ਐਡਮਿਨਿਸਟ੍ਰੇਟਿਵਲੀ ਸਾਰਿਆਂ ਪਾਸ ਸਰਕਾਰ ਦੇ ਸੀਨੀਅਰ ਸਿੱਟ ਬਣਾ ਕੇ ਉਹਨਾਂ ਦੇ ਹੱਥਾਂ 'ਚ ਦਿੱਤਾ ਕਿ ਪ੍ਰੂਵ ਕਰੋ ਅਤੇ ਖਤਮ ਕਰੋ। ਨੰਬਰ 3, ਅਸੀਂ ਇੱਕ ਸਖ਼ਤ ਕਾਨੂੰਨ ਬਣਾਇਆ, ਨਸ਼ਾ ਵੇਚਦਾ, ਨਸ਼ਾ ਲਿਆਉਂਦਾ ਫੜਿਆ ਗਿਆ, ਉਹਦੀ ਸਾਰੀ ਸਰਕਾਰੀ ਅਤੇ ਜੋ ਵੀ ਉਹਦੀ ਹੈ ਸਰਕਾਰੀ ਜਾਇਦਾਦ ਜਾਂ ਉਹਦੀ ਘਰੇਲੂ ਪਰਸਨਲ ਜਾਇਦਾਦ ਚਾਹੇ ਉਹਦਾ ਕਾਰੋਬਾਰ ਦੀ, ਉਹ ਸਾਰੀ ਨੂੰ ਜ਼ਬਤ ਕੀਤਾ ਜਾਊਗਾ। ਪਹਿਲਾਂ ਕਿ ਸਰਕਾਰ ਨੇ ਬਣਾਇਆ, ਅੱਜ ਤੱਕ ਕੇਜਰੀਵਾਲ ਜੀ ਨੇ ਬਣਾਇਆ। ਜਿਹੜਾ ਅੰਮ੍ਰਿਤਸਰ 'ਚ ਨਸ਼ਾ ਫੜਿਆ ਗਿਆ ਉਹਦੇ ਵਿੱਚ ਕਾਂਗਰਸੀ ਕੌਂਸਲਰ ਦਾ ਨਾਮ ਵੀ ਬੋਲ ਰਿਹਾ ਨਾ, ਤਾਂ ਅਖਬਾਰਾਂ 'ਚ ਕਿਸੇ ਦਾ ਵੀ ਬੋਲਦਾ ਹੁੰਦਾ, ਪ੍ਰੂਵ ਤਾਂ ਨਹੀਂ ਹੋਇਆ। ਪ੍ਰੂਵ ਹੋਣਾ ਅਤੇ ਨਾ ਬੋਲਣਾ ਇਹ ਬਹੁਤ ਵੱਡਾ ਫਰਕ ਹੈਗਾ ਇਹਦੇ ਵਿੱਚ। ਇਸ ਕਰਕੇ ਮੈਂ ਸਮਝਦੀ ਹਾਂ ਕਿ ਅਸੀਂ ਇਸ ਦੇ ਖਿਲਾਫ ਹੈਗੇ ਹਾਂ, ਅਸੀਂ ਇਹਨੂੰ ਜੜੋਂ ਪੱਟਣ ਲਈ ਬਹੁਤ ਕੁਛ ਕੀਤਾ। ਇਹਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਸੀ ਕਿ ਅਜੇ ਤੱਕ ਜਿਵੇਂ ਕਹਿੰਦੇ ਸਾਡੇ ਪਿੰਡਾਂ ਦੇ ਵਿੱਚ ਲੋਕ ਕਹਿੰਦੇ ਆ ਵੀ ਖੰਡ ਤਾਂ ਤੁਹਾਨੂੰ ਘਰੇ ਆਜੂਗੀ, ਸਮਾਨ ਤਾਂ ਘਰੇ ਆਜੂਗਾ, ਨਾ ਬਾਜ਼ਾਰੋਂ ਲੈਣਾ ਪਊਗਾ, ਲੇਕਿਨ ਚਿੱਟੇ ਦਾ ਨਸ਼ਾ ਮੰਗਾਓ ਤੁਹਾਨੂੰ ਘਰੇ ਪਹੁੰਚ ਜੂਗਾ। ਕਿ ਇਹ ਇੰਨਾ ਇਹਨਾਂ ਨੇ ਫੈਲਾਤਾ, ਇੰਨਾ ਵਧਾਤਾ, ਗੈਂਗਸਟਰ ਪੈਦਾ ਕਰਤੇ, ਨਸ਼ਿਆਂ ਵਾਲੇ ਪੈਦਾ ਕਰਤੇ, ਕਿ ਇਹਨਾਂ ਦੀਆਂ ਪੱਕੀਆਂ ਦੁਕਾਨਾਂ ਜਿਹੜੀਆਂ ਆਪਾਂ ਖੋਦ ਕੇ ਮੋਰਚੇ ਬਣਾਈ ਬੈਠੀਆਂ ਨਾ, ਉਹਨਾਂ ਦੇ ਨਾਲ ਅਸੀਂ ਜੂਝ ਰਹੇ ਹਾਂ। ਔਰ ਸਾਡਾ ਪ੍ਰੋਮਿਸ ਹੈ ਕਿ ਅਸੀਂ ਜਦੋਂ ਪੱਟ ਕੇ ਰਵਾਂਗੇ ਆਪਣੇ ਨੌਜਵਾਨ ਨੂੰ ਇਸ ਪੰਜਾਬ ਦੇ ਵਿੱਚ। ਅਕਾਲੀਆਂ ਦੀ ਗੱਲ ਚੱਲੀ ਹੈ, ਜੋ ਕੁਛ ਅਕਾਲੀਆਂ ਨੇ ਦਿੱਲੀ ਦੇ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੀਤਾ, ਪਹਿਲਾਂ ਤਾਂ ਪੈਰ ਪਿੱਛੇ ਖਿੱਚੇ ਅਤੇ ਫਿਰ ਆਪ ਹੀ ਹੱਥ ਅੱਗੇ ਵਧਾ ਦਿੱਤਾ ਸਮਰਥਨ ਦੇ ਲਈ, ਇਸ ਬਾਰੇ ਤੁਸੀਂ ਕੀ ਕਹੋਗੇ? ਅਕਾਲੀ ਦਲ ਦੇ ਨਾਲ ਤਾਂ ਜਿਵੇਂ ਐਸੀ ਹੋਈ ਹੈ, ਮੈਂ ਅੱਗੇ ਵੀ ਕਿਹਾ ਕਿ ਮੈਂ ਇਹਨਾਂ ਨੂੰ ਅਕਾਲੀ ਦਲ ਨੂੰ ਨਹੀਂ ਕਹਿ ਰਹੀ, ਬੀਜੇਪੀ ਨੂੰ ਨਹੀਂ ਕਹਿ ਰਹੀ, ਕਿਸੇ ਹੋਰ ਨੂੰ ਨਹੀਂ, ਮੈਂ ਤਾਂ ਇੱਕ ਅਖੌਤ ਕਹਿ ਰਹੀ ਹਾਂ। ਸਾਡੇ ਪੰਜਾਬੀ 'ਚ ਕਹਿੰਦੇ ਹੁੰਦੇ ਆ ਕਿ ਫਲਾਨੇ ਨਾਲ ਇਹੋ ਜਿਹੀ ਹੋਗੀ ਜਿਹੜੀ ਖੇਤ ਪਏ ਗਦੇ ਨਾਲ ਨਾ ਹੋਵੇ। ਅੱਜ ਅਕਾਲੀ ਦਲ ਨੇ ਇਹੋ ਜਿਹੀ ਹੋਈ ਹੈ ਕਿ ਇਹਨਾਂ ਨੂੰ ਥੁੱਕ ਕੇ ਚੱਟਣਾ ਪਿਆ। ਸੁਖਬੀਰ ਸਿੰਘ ਬਾਦਲ ਜਿਹੜਾ ਕਿੰਗ ਆਫ ਆਪਣੇ ਅਕਾਲੀ ਦਲ ਦਾ ਸਮਝਦਾ ਸੀ, SGP ਦਾ ਪ੍ਰੈਜੀਡੈਂਟ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਿਆ ਹੋਇਆ ਸੀ, ਕਹਿੰਦਾ ਸੀ ਮੈਂ 12 ਸਾਲ, ਮੈਂ ਇੰਨੇ ਸਾਲ 25 ਸਾਲ ਰਾਜ ਕਰੂੰਗਾ ਆ ਕੇ। ਅੱਜ ਸਾਡੀ ਭਾਈਵਾਲ ਪਾਰਟੀ ਇੰਨਾ ਹੋ ਗਿਆ ਸੀ ਕਿ ਸਾਨੂੰ ਪਰਵਾਹ ਹੀ ਕੋਈ ਨਹੀਂ ਇਹਨਾਂ ਦੀ, BJP ਦੀ। ਅੱਜ BJP ਨੇ ਕੱਢ ਕੇ ਦੁੱਧ 'ਚੋਂ ਮੱਖੀ ਤਰ੍ਹਾਂ ਬਾਹਰ ਛੱਡਤਾ ਦਿੱਲੀ 'ਚ, ਇਹਨਾਂ ਨੂੰ ਭਿਖਾਰੀਆਂ ਵਾਂਗੂ। ਆਏ ਤਾਂ ਕੁਛ ਲੈਣ ਸੀਗੇ ਇੱਥੇ, ਲੇਕਿਨ ਕੁਛ ਦੇ ਕੇ ਖੜਾ ਛਡਾ ਕੇ ਗਏ ਨੇ ਕਿ ਉਸੇ ਤਨਖਾਹ 'ਤੇ ਕੰਮ ਕਰਾਂਗੇ ਜੀ ਅਸੀਂ। ਐਡੂ ਵੱਡੀ ਬਦਨਾਮੀ, ਐਡੂ ਵੱਡੀ ਮੈਂ ਸਮਝਦੀ ਹਾਂ ਬੇਇੱਜ਼ਤੀ ਜਿਹੜੀ ਅਕਾਲੀ ਦਲ ਦੀ ਇੱਥੇ ਹੋਈ ਹੈ, ਦਿੱਲੀ ਦੇ ਵਿੱਚ ਇੱਕ ਵੀ ਸੀਟ ਨਾ ਦਿੱਤੀ ਜਾਵੇ, ਔਰ ਫਿਰ ਇਹ ਮਿਨਿਸਟਰੀ 'ਚ ਬੈਠੇ ਨੇ, ਫਿਰ ਇਹ ਨਾਲ ਫਿਰਦੇ ਨੇ, ਫਿਰ ਉਲਟਾ ਸਮਰਥਨ ਕਿ ਓਕੇ ਅਸੀਂ ਤਾਂ ਆਏ ਸੀਗੇ ਕੁਛ ਕਰਨ ਵਾਸਤੇ, ਤਾਂ ਇਸ ਤਾਂ ਚਲੋ ਹੱਥ ਫੜਾ ਚੱਲੇ ਜੋੜੇ ਆਪਣੇ, ਤੁਹਾਡੇ ਨਾਲ ਫਿਰ ਸੇਵਾ ਕਰਦੇ ਆ ਕੇ ਬੈਠ ਕੇ ਵਿੱਚ ਬੈਠ ਗਏ। ਇਸ ਤੋਂ ਬਾੜੀ ਹਾਲਤ ਅਕਾਲੀ ਦਲ ਦੀ ਹੋਰ ਹੋ ਕੀ ਸਕਦੀ ਹੈ ਜਿਹੜੀ ਅੱਜ BJP ਨੇ ਇਹਨਾਂ ਨੂੰ ਕਰਕੇ ਦਿਖਾਈ ਹੈ? ਤੁਹਾਨੂੰ ਲੱਗਦਾ ਕਿ ਸਾਰਾ ਕੁਛ ਹਰਸਿਮਰਤ ਬਾਦਲ ਦੀ ਕੁਰਸੀ ਬਚਾਉਣ ਦੇ ਲਈ ਕੀਤਾ ਗਿਆ? ਇਹ ਅੱਜ ਦੀ ਗੱਲ ਨਹੀਂ, ਇਸ ਤੋਂ ਪਹਿਲਾਂ ਜਦੋਂ ਵਾਜਪਾਈ ਜੀ ਸੀ, ਪ੍ਰਕਾਸ਼ ਸਿੰਘ ਬਾਦਲ ਸੀ CM, ਤਾਂ ਵਾਜਪਾਈ ਜੀ ਕਿਤੇ ਗਏ ਸੀ ਅਤੇ ਇਹ ਪ੍ਰਕਾਸ਼ ਸਿੰਘ ਬਾਦਲ ਵੀ ਆਪਣਾ ਇਲਾਜ ਕਰਾਉਣ ਗਿਆ ਸੀ। ਸਾਰੀਆਂ ਸਟੇਟਾਂ ਨੇ ਆਪੋ ਆਪਣੀ ਸਟੇਟ ਲਈ ਕੁਛ ਮੰਗਿਆ, ਹਰ ਸਟੇਟ ਨੇ ਐਡਮਿਨਿਸਟ੍ਰੇਟਰ ਨੂੰ ਆਹ ਦਿਓ ਆਹ ਦਿਓ ਆਹ। ਬਾਦਲ ਸਾਹਿਬ ਨੂੰ ਪਤਾ ਕੀ ਮੰਗਿਆ ਸੀ ਉਦੋਂ? ਕਿ ਵਾਜਪਾਈ ਜੀ ਮੈਨੂੰ ਕੁਛ ਨਹੀਂ ਚਾਹੀਦਾ, ਮੇਰੇ ਕੋਲ ਰੱਬ ਦਾ ਦਿੱਤਾ ਬਹੁਤ ਕੁਛ ਹੈ, ਮੇਰੇ ਮੁੰਡੇ ਨੂੰ ਪ੍ਰਧਾਨ ਮਿਨਿਸਟਰ ਬਣਾ ਦਿਓ। ਉਦੋਂ ਇਹਨਾਂ ਨੇ ਮਿਨਿਸਟਰੀ ਮੰਗੀ ਸੀ ਆਪਦੇ ਪਰਿਵਾਰ ਲਈ, ਆਪਦੇ ਬੇਟੇ ਲਈ। ਅੱਜ ਫਿਰ ਇਹ ਕੁਰਸੀ ਬਚਾਉਣ ਲਈ ਬੈਠੇ ਨੇ। ਇਹ ਜਿਹੜੇ ਹੈਗੇ ਨਾ ਜਗੀਰਦਾਰ ਲੋਕ, ਇਹ ਜਿਹੜੇ ਅਕਾਲੀ ਦਲ ਵਾਲੇ ਹੈਗੇ ਨੇ, ਇਹਨਾਂ ਨੂੰ ਸਿਰਫ ਅਤੇ ਸਿਰਫ ਆਪਣਾ ਪਤਾ ਹੈ। ਇਹ ਆਪਣਾ ਅੱਜ ਤੱਕ ਪੰਥ ਦਾ ਨਾਂ ਵੇਚਦੇ ਆਏ ਹੈ, ਜਦੋਂ ਕੁਰਸੀ ਨੂੰ ਖਤਰਾ ਹੈ ਇਹ ਪੰਥ ਨੂੰ ਖਤਰਾ ਕਹਿੰਦੇ, ਕਿ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆਏ ਸੀ। ਅੱਜ ਸਾਰਾ ਕੁਛ ਜੇ ਇਹਨਾਂ 'ਚ ਥੋੜ੍ਹੀ ਜਿਹੀ ਬਿਆਨਕ ਹੁੰਦੀ ਤਾਂ ਉਹਦੀ ਕਹਿੰਦੇ ਵੀ ਓਕੇ ਜੀ, ਸਾਨੂੰ ਅਗਰ ਤੁਸੀਂ ਸਮਝਦੇ ਹੋ ਇੱਕ ਸਾਨੂੰ ਜਿੱਥੋਂ ਇਲੈਕਸ਼ਨ ਲੜਦੇ ਰਹੇ ਹਾਂ ਤੁਸੀਂ ਉੱਥੋਂ ਸਾਨੂੰ ਟਿਕਟ ਤੋਂ ਵਾਂਝਾ ਕਰਕੇ ਪਾਸੇ ਭੇਜ ਰਹੇ ਹੋ, ਅਤੇ ਓਕੇ ਸਤਿ ਸ਼੍ਰੀ ਅਕਾਲ, ਆਹ ਅਸੀਂ ਮਿਨਿਸਟਰੀ 'ਚੋਂ ਰਿਜ਼ਾਈਨ ਦਿੰਦੇ ਹਾਂ, ਵਾਪਸ ਆਉਂਦੇ ਹਾਂ। ਨਾ ਤਾਂ ਪੰਜਾਬ ਦੇ ਹਿੱਤਾਂ ਖਾਤਰ ਇਹਨਾਂ ਨੇ ਕੁਰਸੀ ਕੁਰਬਾਨ ਕੀਤੀ, ਅੱਜ ਆਪਦੀ ਇੱਜ਼ਤ ਬਚਾਉਣ ਲਈ, ਪੱਗ ਬਚਾਉਣ ਲਈ ਵੀ ਇਹਨਾਂ ਨੇ ਕੁਰਸੀ ਕੁਰਬਾਨ ਕੀਤੀ। ਇਹ ਤਾਂ ਕੁਰਸੀ ਪਿੱਛੇ ਕੁਛ ਵੀ ਕਰ ਸਕਦੇ ਆ। ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਟਿਕਾਣੇ ਲਾ ਕੇ ਰੱਖਿਆ। ਜਦੋਂ ਹੁਣ ਇਹ ਲੱਗ ਰਿਹਾ ਕਿ ਅਕਾਲੀ ਦਲ ਨੂੰ ਖਤਰਾ ਹੈ,
ਢਾਈ ਤਿੰਨ ਸਾਲ ਬਾਅਦ ਸੰਗਰੂਰ 'ਚ ਆ ਕੇ ਜਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਗਰਜੇ ਨੇ, ਕਿਉਂਕਿ ਵਿਧਾਨ ਸਭਾ ਦੇ ਵਿੱਚ ਉਹ ਪੂਰੀ ਤਰ੍ਹਾਂ ਗੈਰ ਹਾਜ਼ਰ ਰਹੇ, ਅਤੇ ਹੁਣ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ ਉਹਨਾਂ ਨੇ ਰੈਲੀ ਕੀਤੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਇਹ ਸਮਝ ਆ ਰਿਹਾ ਕਿ ਸੁਖਬੀਰ ਬਾਦਲ ਦੇ ਵੱਸ ਦੀ ਗੱਲ ਨਹੀਂ? ਕੌਣ ਕਹਿੰਦਾ ਗੈਰ ਹਾਜ਼ਰ ਰਹੇ? ਮੇਰਾ ਘਰ ਉੱਥੇ, ਮੈਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ, ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹੋ ਤੁਸੀਂ? ਪ੍ਰਕਾਸ਼ ਸਿੰਘ ਬਾਦਲ ਦਾ ਆਉਣਾ ਨਾ ਆਉਣਾ, ਮੈਂ ਅੱਗੇ ਵੀ ਕਿਹਾ ਕਿ ਇਹਨਾਂ ਦੇ ਕੀ ਹੈਗੇ, ਅੱਜ ਲੱਗਦਾ ਕਿ ਸਾਡੀ ਬੇੜੀ ਡੁੱਬ ਚੁੱਕੀ ਹੈ, ਡੋਲ ਚੁੱਕੀ ਹੈ ਸਾਡੀ ਪੌੜੀ। ਅੱਜ ਫਿਰ ਵੀ 98 ਸਾਲਾਂ ਦੀ ਉਮਰ 'ਚ ਪ੍ਰਕਾਸ਼ ਸਿੰਘ ਬਾਦਲ ਨੂੰ ਆਉਣਾ ਪਿਆ ਸੰਗਰੂਰ ਵਿੱਚ, ਅਤੇ ਅੱਗੇ ਇਲੈਕਸ਼ਨ ਵੇਲੇ ਹੀ ਆਉਂਦੇ ਸੀ, ਅੱਗੇ ਕਦੇ ਅੱਗੇ ਪਿੱਛੇ ਨਹੀਂ ਸੀ ਮੈਂ ਦੇਖਿਆ ਨਾ, ਇਲੈਕਸ਼ਨ ਵੇਲੇ ਇੱਕ ਅੱਧਾ ਗੇੜਾ ਮਾਰ ਜਾਂਦੇ ਸੀ, ਅੱਜ ਇੱਥੇ ਆਏ ਨੇ। ਲੇਕਿਨ ਇਹ ਕਿਤੇ ਗੇੜੇ ਮਾਰ ਲੈਣ, ਕੁਛ ਕਰ ਲੈਣ, ਇਹਨਾਂ ਦੇ ਵਿੱਚ ਜੋ ਦੁਫਾੜ ਪੈ ਚੁੱਕੇ ਆ, ਦੁਫਾੜ ਹੀ ਨਹੀਂ ਮੈਂ ਤਾਂ ਕਹੂੰ ਕਈ ਫਾੜ ਪੈ ਚੁੱਕੇ ਆ ਇੱਥੇ। ਇਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ, ਕੋਈ ਕਹਿੰਦੇ ਅਸੀਂ ਟਕਸਾਲੀ ਅਕਾਲੀ ਦਲ, ਕੋਈ ਕਹਿੰਦੇ ਦਲਾਲੀ ਅਕਾਲੀ ਚੱਲ, ਕੋਈ ਕਹਿੰਦੇ ਖਾਲੀ ਅਕਾਲੀ ਦਲ, ਇੰਨੇ ਅਕਾਲੀ ਦਲ ਬਣ ਗਏ ਹੈ, ਟੁਕੜਿਆਂ 'ਚ ਵੰਡੇ ਗਈ ਅਕਾਲੀ ਦਲ, ਹੁਣ ਦਲ ਦਲ ਬਣ ਕੇ ਰਹਿ ਗਈ ਹੈ, ਦਲ ਦਲ 'ਚੋਂ ਕਦੇ ਕੁਛ ਨਿਕਲਿਆ ਨਹੀਂ। ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਕੁਛ ਨਹੀਂ ਸਮਝ ਲੈਣਾ ਚਾਹੀਦਾ ਕਿ ਬਾਕਾਇਦਾ ਸਿਆਸੀ ਇਹਨਾਂ ਦਾ ਜਿਹੜਾ ਹੈਗਾ ਸਫਾਇਆ ਪੰਜਾਬ ਦੇ ਲੋਕਾਂ ਨੇ ਕਰਤਾ। ਇਹ ਕਹਿੰਦੇ ਅਸੀਂ ਰਾਜ ਕਰਾਂਗੇ, ਓਪੋਜੀਸ਼ਨ ਵੀ ਨਹੀਂ ਦਿੱਤੀ ਇਹਨਾਂ ਨੂੰ, 14 ਸੀਟਾਂ ਲੈ ਕੇ ਆਏ ਨੇ, ਪਾਰਲੀਮੈਂਟ 'ਚ ਮੀਆਂ 'ਤੇ ਵੀ ਜਿੱਤੇ ਨੇ, ਸੁਖਬੀਰ ਸਿੰਘ ਅਤੇ ਉਹਨਾਂ ਦੀ ਪਤਨੀ, ਸਾਰਾ ਸਫਾਇਆ ਹੋ ਗਿਆ, ਉਮੀਦਵਾਰ ਨਹੀਂ ਮਿਲੇ ਇਹਨਾਂ ਨੂੰ ਖੜ੍ਹੇ ਕਰਨ ਵਾਸਤੇ। ਇੱਥੇ ਪਰਮਿੰਦਰ ਢੀਂਡਸਾ ਖੜ੍ਹਾ ਹੋਇਆ, ਉਹ ਵੀ ਹਾਰਿਆ। ਇਦੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਸਾਡੇ ਸੰਗਰੂਰ ਦੀ ਤੁਸੀਂ ਗੱਲ ਕੀਤੀ ਹੈ, ਖੜ੍ਹੇ ਹੁੰਦੇ ਰਹੇ ਪਾਰਲੀਮੈਂਟ, ਇੱਕ ਵਾਰ ਨਹੀਂ ਦੋ ਵਾਰ ਨਹੀਂ ਕਿੰਨੀ ਵਾਰ ਉਹ ਹਾਰੇ ਹੈਗੇ ਨੇ। ਇਸ ਕਰਕੇ ਚਾਹੇ ਪ੍ਰਕਾਸ਼ ਸਿੰਘ ਬਾਦਲ ਆ ਜਾਣ, ਚਾਹੇ ਕੋਈ ਆ ਜਾਏ, ਇੱਥੋਂ ਅਕਾਲੀ ਦਲ ਨੂੰ ਕੁਛ ਮਿਲਣਾ ਨਹੀਂ ਹੈ। ਸੁਖਦੇਵ ਸਿੰਘ ਢੀਂਡਸਾ ਹੁਣੀ ਤੁਹਾਡੇ ਇਲਾਕੇ ਦੇ ਨੇ, ਤੁਹਾਡਾ ਤਾਂ ਵਾਹ ਪੈਂਦਾ ਰਿਹਾ ਉਹਨਾਂ ਤਾਂ ਉਹਨਾਂ ਦੇ ਨਾਲ ਕਾਫੀ ਸਿਆਸਤ ਦੇ ਵਿੱਚ, ਹੁਣ ਜਿਹੜਾ ਉਹਨਾਂ ਨੇ ਕਦਮ ਚੁੱਕਿਆ ਹੈ, ਇਸ ਕਦਮ ਨੂੰ ਕੀ ਮੰਨਦੇ ਹੋ, ਠੀਕ ਕੀਤਾ ਉਹਨਾਂ ਕਿ ਗਲਤ ਕੀਤਾ? ਦੇਖੋ ਜਿਹੜਾ ਕਦਮ ਇਹਨਾਂ ਨੇ ਪੱਟਿਆ, ਜਿਹਨੂੰ ਉਹ ਕਹਿ ਰਹੇ ਆ ਕਿ ਮੈਂ ਸਿਧਾਂਤਾਂ ਦੀ ਲੜਾਈ ਲੜਦਾ ਜੀ, ਉੱਥੋਂ ਇਹ ਜੱਚਦੀ ਨਹੀਂ ਗੱਲ, ਕਿਸੇ ਦੇ ਵੀ ਨਹੀਂ ਗਲੋਂ ਉਤਰਦੀ ਇਹ ਗੱਲ ਜੀ। ਕਿਉਂਕਿ ਜੇ ਉਹ ਸਿਧਾਂਤਾਂ ਦੀ ਗੱਲ ਕਰਦੇ ਆ ਤਾਂ ਇਹਨਾਂ ਨੂੰ ਜਵਾਬ ਦੇਣਾ ਪਊ ਕਿ ਅੱਜ ਤੱਕ ਅਕਾਲੀ ਦਲ ਦੇ ਵਿੱਚ ਤੁਸੀਂ ਵੀ ਇੰਨੇ ਸਾਲਾਂ ਦੇ ਹੋ ਗਏ ਹੋ, 70-80 ਦੇ ਨੇੜੇ ਪਹੁੰਚੇ ਹੋ, ਇਹੀ ਸਿਧਾਂਤ ਤਾਂ ਪਹਿਲਾਂ ਚੱਲਦੇ ਰਹੇ ਨੇ। ਅਸੀਂ ਕਾਂਗਰਸ ਪਾਰਟੀ ਇਲਜ਼ਾਮ ਲਾਉਂਦੀ ਹੁੰਦੀ ਕਿ ਅਕਾਲੀ ਦਲ ਦੀਆਂ ਟਿਕਟਾਂ ਚਾਹੇ SGPC ਦੀਆਂ ਹੋਣ, ਚਾਹੇ ਅਸੈਂਬਲੀ ਦੀਆਂ, ਚਾਹੇ ਪਾਰਲੀਮੈਂਟ ਦੀਆਂ, ਉਹ ਬਾਦਲ ਸਾਹਿਬ ਦੀ ਜੇਬ 'ਚੋਂ ਨਿਕਲਦੀਆਂ ਨੇ, ਅਸੀਂ ਇਲਜ਼ਾਮ ਲਾਉਂਦੇ ਸੀ। ਅਤੇ ਢੀਂਡਸਾ ਸਾਹਿਬ ਅੱਜ ਕਹਿਣ ਲੱਗਿਆ ਕਿ ਇਹ ਸਿਧਾਂਤ ਨਹੀਂ ਹੈਗਾ, ਉਦੋਂ ਮਨਾ ਕਰ ਸੇ, ਉਦੋਂ ਮਨਾ ਕਰਦੇ ਉਸ ਵਕਤ ਇਹਨਾਂ ਨੂੰ ਚੁੱਪ ਰਹੇ ਕਿਉਂਕਿ ਇਹਨਾਂ ਨੂੰ ਮਿਲਦੀਆਂ ਸੀਗੀਆਂ, ਇਹ ਜੇ ਹਾਰ ਗਏ 8 ਵਾਰ ਤਾਂ ਵੀ ਰਾਜ ਸਭਾ ਦੇ ਵਿੱਚ ਇਹਨਾਂ ਨੂੰ ਭੇਜਿਆ ਜਾਂਦਾ ਸੀ, ਇਹਨਾਂ ਨੂੰ ਚਿੱਠੀ ਮਿਲ ਜਾਂਦੀ ਸੀਗੀ, ਉਹ ਸਿਧਾਂਤ ਵਧੀਆ ਸੀਗੇ। ਇਹਨਾਂ ਦੇ ਬੇਟੇ ਨੂੰ 2 ਵਾਰ ਇੰਨਾ ਜੂਨੀਅਰ ਸੀਗਾ, ਸੀਨੀਅਰ ਛੱਡ ਕੇ ਉੱਥੇ ਵਜ਼ੀਰ ਬਣਾਇਆ, ਅਹਿਮ ਮਹਿਕਮੇ ਦਿੱਤੇ, ਉਹ ਸਿਧਾਂਤ ਠੀਕ ਸੀਗਾ। ਔਰ ਇਵੇਂ ਜਿਵੇਂ ਮੈਂ ਸਮਝਦੀ ਹਾਂ ਕਿ ਜੇ ਇਹ ਸਿਧਾਂਤਕ ਤੌਰ 'ਤੇ ਕਹਿੰਦੇ ਸਿਧਾਂਤ ਚੱਲਦੇ ਆਏ ਨੇ, ਔਰ ਇਹ ਗੱਲ ਬਾਹਰ ਆਈ ਹੈ ਨਿਖੜ ਕੇ ਕਿ ਸੁਖਦੇਵ ਸਿੰਘ ਢੀਂਡਸੇ ਨੇ ਕਿਹਾ ਸੀ, ਪ੍ਰਪੋਜ਼ ਕੀਤਾ ਸੀ ਨਾ ਇਹਦਾ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਲਈ, ਬਿਲਕੁਲ ਉਹ ਕਿਹੜਾ ਸਿਧਾਂਤ ਸੀ, ਅੱਜ ਤੱਕ ਜੋ ਗੱਲਾਂ ਹੁੰਦੀਆਂ ਰਹੀਆਂ ਕਿਹੜੇ ਸਿਧਾਂਤਾਂ 'ਚ ਹੁੰਦੀਆਂ ਰਹੀਆਂ, ਕਿਹੜੇ ਸਿਧਾਂਤਾਂ ਦੇ ਤਹਿਤ ਜਿਹੜਾ ਮੇਰੇ ਸਾਡੇ ਜ਼ਿਲ੍ਹੇ ਦੇ ਵਿੱਚ ਹੀ ਮਸਤਵਾਣਾ ਸਾਹਿਬ ਹੈਗਾ, ਅਤਰ ਸਿੰਘ ਵਾਲਾ ਸੰਤਾਂ ਦੇ ਨਾਂ 'ਤੇ ਬਣਿਆ ਹੋਇਆ, ਉੱਥੇ 2 ਇੰਸਟੀਟਿਊਸ਼ਨ ਹੈ, ਇੱਕ ਗੁਰਦੁਆਰਾ ਸਾਹਿਬ ਨਾਲ ਹੈਗਾ, ਇੱਕ ਕਾਲਜ ਨਾਲ ਹੈਗਾ, ਉਹਨਾਂ ਦੋਨਾਂ 'ਤੇ ਹੀ ਸਿੰਗਲ ਸੁਖਦੇਵ ਸਿੰਘ ਢੀਂਡਸਾ ਚੇਅਰਮੈਨ ਬਣੇ, ਉਹ ਕਿਹੜੇ ਸਿਧਾਂਤਾਂ ਦੇ ਤਹਿਤ ਬਣੇ ਨੇਗੇ? ਇਹ ਸਿਧਾਂਤਾਂ ਦੀ ਗੱਲ ਨਾ ਹੀ ਕਰਨ ਤਾਂ ਅੱਛੀ ਗੱਲ ਹੈ, ਲੇਕਿਨ ਸਿਧਾਂਤਾਂ ਦੀ ਗੱਲ ਕਰਕੇ ਕਦੇ ਨਿਕਲਣਾ ਚਾਹੁੰਦੇ ਆ। ਕਦੇ ਇਹ ਕਹਿੰਦੇ ਆ ਜੀ ਸਾਡਾ ਵਰਗਾੜੀ ਮਾਮਲਾ, 2.5 ਸਾਲ ਹੋ ਗਏ ਵਰਗਾੜੀ ਮਾਮਲੇ ਨੂੰ, 2.5-3 ਸਾਲ ਪਹਿਲਾਂ ਇਹਨਾਂ ਦੇ ਰਾਜ ਸਭ ਕੁਛ ਹੋਇਆ ਸੀ, ਜੇ ਇਹਨਾਂ ਦਾ ਉਸ ਵਕਤ ਕਹਿੰਦੇ ਸਾਨੂੰ ਦੁੱਖ ਹੋਇਆ, ਹਿਰਦਾ ਬਲੁੰਦਰਿਆ ਗਿਆ ਉਦੋਂ ਇਹਨਾਂ ਨੂੰ ਕਹਿੰਦੇ ਕਿ ਸਰਕਾਰ ਛੱਡੀਏ, ਰਿਜ਼ਾਈਨ ਦੇਈਏ, ਜੇ ਨਹੀਂ ਦਿੱਤਾ ਸੀ ਤਾਂ ਜਿਹੜੇ ਅੱਜ ਛੱਡ ਕੇ ਵਾਪਸ ਆਏ ਨੇ ਉਦੋਂ ਆਉਂਦੇ ਛੱਡ ਕੇ ਵਾਪਸ, ਕਿ ਮੈਨੂੰ ਠੀਕ ਨਹੀਂ ਲੱਗਿਆ, ਮੈਂ ਛੱਡ ਕੇ ਵਾਪਸ ਜਾਂਦਾ, ਮੈਂ ਧਰਨੇ 'ਤੇ ਬਹਿਣਾ, ਮੈਂ ਪਸ਼ਚਾਤਾਪ ਕਰਦਾ, ਮੈਂ ਕਾਲ ਤਖਤ 'ਤੇ ਜਾਂਦਾ, ਅਤੇ ਗਏ ਨਹੀਂ। ਇਹ ਤਾਂ ਰਾਸਵਾ ਲੈ ਕੇ ਬੈਠੇ ਰਹੇ, ਇਹਨਾਂ ਦੇ ਬੇਟੇ ਨੂੰ ਵਜ਼ੀਰੀਤਾ ਦਵਾ ਕੇ ਬੈਠੇ ਰਹੇ, ਰਾਜ ਭੋਗਦੇ ਰਹੇ, MPs ਦੀਆਂ ਫਾਇਦੇ ਲੈਂਦੇ ਰਹੇ, ਫੈਸਿਲਿਟੀਆਂ ਅੱਜ ਵੀ ਲੈ ਰਹੇ ਨੇ। ਅੱਜ ਵੀ ਅਕਾਲੀ ਦਲ ਦੇ ਬਾਕੀ ਉਹ ਤਾਂ ਛੱਡਤੇ ਕਿ ਅਕਾਲੀ ਦਲ ਨੂੰ ਮੰਨਦੇ ਨਹੀਂ, ਅਸੀਂ ਸੁਖਬੀਰ ਨੂੰ ਨਹੀਂ ਮੰਨਦੇ, ਅਸੀਂ ਅਕਾਲੀ ਦਲ ਦੇ ਅਹੁਦੇ ਛੱਡਤੇ, ਅਤੇ ਆਹ ਜਿਹੜੇ 2 ਅਹੁਦੇ ਆ ਜੀ MLA ਅਤੇ MP ਦੇ, ਇਹ ਵੀ ਉਸੇ ਅਕਾਲੀ ਦਲ ਤੋਂ ਮਿਲਿਆ, ਉਸੇ ਪ੍ਰਧਾਨ ਵੱਲੋਂ ਮਿਲਿਆ, ਉਹ ਕਿਉਂ ਨਹੀਂ ਛੱਡਦੇ ਫਿਰ ਇਹ? ਇਸ ਕਰਕੇ ਇਹ ਨਾ ਤਾਂ ਸਿਧਾਂਤਾਂ ਕਰਕੇ ਅਤੇ ਨਾ ਇਹ ਆਏ ਨੇ ਕਿ ਉਹ ਧਾਰਮਿਕ ਦੁਖਦਾਇਕ ਕਰਕੇ ਆਏ ਨੇ, ਇਹ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ, ਇਹ ਤਾਂ ਇਸ ਕਰਕੇ ਆਏ ਨੇ ਕਿ ਅੱਜ ਅਕਾਲੀ ਦਲ ਵਿੱਚ ਕੁਛ ਦਿਸਦਾ ਨਹੀਂ ਇਹਨਾਂ ਨੂੰ, ਕਿ ਅਕਾਲੀ ਦਲ 'ਚੋਂ ਕੁਛ ਮਿਲਣ ਵਾਲਾ ਹੈ ਨਹੀਂ, ਅਤੇ ਇਸ ਕਰਕੇ ਅਕਾਲੀ ਦਲ ਦੇ ਵਿੱਚ ਜਾਵਾਂਗੇ, ਹੁਣ ਤਾਂ ਕੁਰਬਾਨੀਆਂ ਕਰਨੀਆਂ ਪੈਣੀਆਂ, ਰਾਜ ਭਾਗ ਕਰ ਲਿਆ, ਮਲਿਆਈਆਂ ਖਾ ਲਈਆਂ, ਸਭ ਕੁਛ ਖਾ ਲਈਆਂ, ਹੁਣ ਜਦੋਂ ਮਾੜੇ ਮੋਟੇ ਲੋਕਾਂ ਦੇ ਸਾਹਮਣੇ ਜਵਾਬ ਦੇ ਕੋਈ ਡੰਡੇ ਖਾਣ ਦਾ ਵੇਲਾ ਸੀਗਾ, ਉਦੋਂ ਛੱਡ ਕੇ ਸਿਧਾਂਤਾਂ ਨਾਲ ਲੈ ਕੇ ਬਾਹਰ ਨਿਕਲ ਗਏ ਨੇ। ਲੋਕ ਬੜੇ ਸਿਆਣੇ ਆ, ਲੋਕ ਸਮਝਦੇ ਆ, ਇਹਨੂੰ ਨਹੀਂ ਮੰਨਣ। ਅੱਛਾ, ਇਹ ਵੀ ਗੱਲ ਸਾਹਮਣੇ ਆਈ ਦਿੱਲੀ ਚੋਣਾਂ ਦੇ ਵਿੱਚ ਕਿ ਚਾਹੇ ਬਾਦਲਾਂ ਤੋਂ ਜੀਕੇ ਹੁਣੀ ਵੱਖ ਹੋਏ ਹੋਣ ਜਾਂ ਫਿਰ ਢੀਂਡਸਾ ਹੁਣੀ, ਸਪੋਰਟ ਸਾਰਿਆਂ ਨੇ ਭਾਜਪਾ ਨੂੰ ਕੀਤੀ ਹੈ ਵਿਧਾਨ ਸਭਾ।
ਪਾਰਟੀ ਸੂਰਿਆਂ ਨਾਲ ਅੱਜ ਵੀ ਇੱਕੋ ਹੀ ਆ, ਸਪੋਰਟ ਵੀ ਅੱਜ ਵੀ ਇੱਕੋ ਹੀ ਹੈ, ਇਹ ਸਾਰੇ ਇੱਕੋ ਜਿਹੇ ਨੇ। ਇਹ ਤਾਂ ਸਿਰਫ ਜਦੋਂ ਇੱਕ ਦੂਜੇ ਦੇ ਕਿਸੇ ਦੇ ਚੁੰਡੀ ਵੱਢੀ ਜਾਂਦੀ ਹੈ, ਕੋਈ ਤਾਕਤ ਨਹੀਂ ਮਿਲਦੀ ਜਾਂ ਖੋਹੀ ਜਾਂਦੀ ਜਾਂ ਨਹੀਂ ਦਿੱਤੀ ਜਾਂਦੀ, ਉਦੋਂ ਫਿਰ ਇਹ ਦੂਜੀਆਂ ਤੀਜੀਆਂ ਗੱਲਾਂ ਕਰਨ ਲੱਗ ਜਾਂਦੇ ਨੇ। ਅੱਜ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਟੁਕੜਿਆਂ 'ਚ ਮੰਡੀ ਅਕਾਲੀ ਦਲ ਹੋਵੇ, ਚਾਹੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਹਾਉਂਦਾ ਆਫੀਸ਼ੀਅਲ ਸਰਕਾਰੀ ਉਹ ਹੋਵੇ, ਅੱਜ ਇਹ BJP ਦੇ ਹੱਥ ਠੋਕਾ ਬਣ ਕੇ ਥੱਲੇ ਲੱਗੇ ਹੋਏ ਨੇ, ਜਿਹਦੇ ਕਰਕੇ ਮੈਂ ਸਮਝਦੀ ਹਾਂ ਕਿ ਸਾਡੀ ਸਿੱਖ ਕੌਮ ਜਿਹੜੀ ਹਮੇਸ਼ਾ ਬਹਾਦਰੀ ਨਾਲ ਰਹੀ ਹੈ, ਜਿਹਨਾਂ ਸਰੋਚਾ ਚੱਕ ਕੇ ਰਹੀ ਹੈ, ਇਹਨਾਂ ਨੇ ਸਾਡਾ ਸਿਰ ਨੀਵਾਂ ਕਰਤਾ ਇਸ ਥਾਂ 'ਤੇ ਆ ਕੇ। ਇੱਥੇ ਮੋਦੀ ਉਹਨਾਂ ਦੇ ਪਿੱਛੇ ਸ਼ਾਮ ਦਾ ਇੱਕ ਦੂਜੇ ਤੋਂ ਬਾਅਦ ਚੜ੍ਹ ਕੇ ਅੱਗੇ ਹੋ ਕੇ ਕਰਦੇ ਨੇ, ਅਤੇ ਇਸ ਲਈ ਲੋਕਾਂ ਦੇ ਉੱਤੇ ਇਹਦਾ ਕੋਈ ਅੱਛਾ ਅਸਰ ਨਹੀਂ, ਲੋਕ ਇਹਨੂੰ ਬੁਰਾ ਸਮਝਦੇ। ਅੱਛਾ ਬੀਬੀ ਜੀ, ਮੇਰਾ ਆਖਰੀ ਸਵਾਲ, ਸੰਗਰੂਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ, ਤੁਹਾਡਾ ਵੱਡਾ ਨਾਮ ਰਿਹਾ ਹੈ ਮੁੱਖ ਮੰਤਰੀ, ਤੁਸੀਂ ਪੰਜਾਬ ਦੇ ਰਹੇ ਹੋ, ਸਿੱਖਿਆ ਮੰਤਰੀ ਰਹੇ ਹੋ, ਜਿਸ ਤਰੀਕੇ ਦੇ ਨਾਲ ਹੁਣ ਆਮ ਆਦਮੀ ਪਾਰਟੀ ਜਾਂ ਫਿਰ ਅਕਾਲੀ ਦਲ ਗੱਲ ਕੀਤੀ ਜਾਵੇ, ਹੁਣ ਢੀਂਡਸੇ ਹੁਣੀ ਵੱਖ ਹੋਏ ਨੇ, ਸੰਗਰੂਰ ਹਲਕੇ ਦੀਆਂ, ਸੰਗਰੂਰ ਜ਼ਿਲ੍ਹੇ ਦੀਆਂ ਸਮੀਕਰਨ ਸਿੜੇ, ਤੁਹਾਨੂੰ ਕੀ ਲੱਗਦਾ ਹੈ ਤੁਹਾਡਾ ਇੱਕ ਵਾਰ ਫਿਰ ਦਬਦਬਾ ਉਸ ਜ਼ਿਲ੍ਹੇ ਦੇ ਵਿੱਚ, ਹਲਕੇ ਦੇ ਵਿੱਚ ਦੇਖਣ ਨੂੰ ਮਿਲੇਗਾ ਆਉਣ ਵਾਲੇ ਸਮੇਂ 'ਚ? ਦੇਖੋ, ਸਮੇਂ ਵਿੱਚ ਆਉਣ ਵਾਲੇ ਤਾਂ ਜਾਂ ਤਾਂ ਕੋਈ ਜੋਤਸ਼ੀ ਮਸ਼ੀਨ ਕੋਈ ਕਰਦੇ ਹੁੰਦੇ ਨੇ ਜੀ, ਅਤੇ ਜਾਂ ਲੋਕ ਫੈਸਲਾ ਕਰਦੇ ਹੁੰਦੇ ਨੇ ਜੀ, ਇਹ ਤਾਂ ਸਾਡੇ 2 ਸਾਲ ਪਏ ਨੇ। ਲੇਕਿਨ ਹਾਂ, ਮੈਂ ਇਹ ਗੱਲ ਜ਼ਰੂਰ ਕਹਿ ਸਕਦੀ ਹਾਂ ਕਿ ਜੋ ਸਿਆਸੀ ਘਟਨਾਵਾਂ ਅੱਜ ਅਕਾਲੀ ਦਲ ਵਿੱਚ ਵਾਪਰੀਆਂ ਜਾਂ ਆਪ ਦੇ ਵਿੱਚ ਪੰਜਾਬ ਦੇ 4 MPਾਂ ਤੋਂ ਸਿਰਫ 1 MP ਰਹਿ ਗਿਆ, ਮੈਂ ਹਰ ਵਾਰ ਕਹਿੰਦੀ ਹੁੰਦੀ ਹਾਂ ਵੀ ਇਹ MP ਇਹ ਨਾ ਸੋਚੇ ਕਿ ਆਪ ਕਰਕੇ ਜਾਂ ਕਿਵੇਂ, ਇਹਦੇ ਵਿੱਚ ਕੁਛ ਕਲਾ ਆਪਣੇ ਇਹਦੇ ਭਗਵੰਤ ਮਾਨ ਨੇ ਆਪਣੀ ਕਲਾਕਾਰੀ ਦੀ ਵੀ ਇਸਤੇਮਾਲ ਕੀਤਾ ਹੈਗਾ, ਹੈਗਾ ਟੈਲੈਂਟ ਉਹਦੇ 'ਚ। ਇਸ ਕਰਕੇ ਜਿਹੜੀਆਂ ਹੈਗੀਆਂ ਅਕਾਲੀ ਦਲ ਦੀਆਂ 14 ਰਹਿ ਗਈਆਂ ਸਾਰੀਆਂ, ਇਸ ਕਾਰਨ ਕਰਕੇ ਮੈਂ ਸਮਝਦੀ ਹਾਂ ਕਿ ਲੋਕ ਦੇਖ ਚੁੱਕੇ ਨੇ ਇੱਕ ਵਾਰ ਆਪ ਨੂੰ ਵੀ ਇੰਨੀਆਂ ਸੀਟਾਂ ਦਿੱਤੀਆਂ ਉਹਨਾਂ ਨੇ ਅਸੈਂਬਲੀ ਦੇ ਵਿੱਚ, ਲੱਗਦਾ ਸੀ ਕਿ ਸਰਕਾਰ ਬਣਾਉਣਗੇ, ਲੇਕਿਨ ਉਸ ਤੋਂ ਬਾਅਦ ਕਿੰਨੇ ਟੁਕੜਿਆਂ 'ਚ ਵੰਡਿਆ ਗਿਆ ਆਪ ਵੀ, ਕਿਤੇ ਸੁਖਪਾਲ ਖਹਿਰਾ ਵੱਖਰਾ ਹੋ ਗਿਆ, ਕਿਤੇ ਉਹ ਦੂਜਾ ਗੁਰਦਾਸਪੁਰ ਵਾਲਾ ਕੀ ਨਾਂ ਹੈ ਉਹਦਾ ਸੁੱਚਾ ਸਿੰਘ ਛੋਟੇ, ਉਹ ਛੋਟੇਪੁਰ ਉਹ ਪਾਸੇ ਹੋ ਗਿਆ, ਅਤੇ ਆਹ ਜਿਹੜਾ ਆਪਣੇ ਪਟਿਆਲੇ ਵਾਲਾ ਹੈਗਾ ਉਹ ਵੀ ਆਪਣਾ ਧਰਮਵੀਰ ਗਾਂਧੀ ਜੀ ਉਹ ਵੀ ਪਾਸੇ ਹੋ ਗਿਆ, ਕਿੰਨੇ ਖਿੰਡ ਗਏ, ਕਿਹਦਾ ਕਿਹਦਾ ਨਾਂ ਲਵਾਂ, ਆਹ ਫੂਲਕਾ ਜੀ ਪਾਸੇ ਚਲੇ ਗਏ, ਦੂਜੇ ਚਲੇ ਗਏ, ਕਿੰਨੇ MLA ਨੇ ਰਿਜ਼ਾਈਨ ਦਿੱਤੇ ਹੈ, ਅਸੈਂਬਲੀ ਤੋਂ ਰਿਜ਼ਾਈਨ ਦਿੱਤੇ ਨੇ, ਖੇਰੂ ਖੇਰੂ ਹੋ ਗਈ ਨਾ ਆਪ ਪਾਰਟੀ। ਪਰ ਸੰਗਰੂਰ 'ਚ ਤਾਂ ਭਗਵੰਤ ਮਾਨ ਦਾ ਦਬਦਬਾ ਨਾ, ਮੈਂ ਇਹੀ ਕਹਿ ਨਾ ਕਿ ਭਗਵੰਤ ਮਾਨ ਜਿੱਤਿਆ ਇੱਕ, ਠੀਕ ਹੈ ਅਸੀਂ ਸਮਝਦੇ ਹਾਂ ਉਹਦੇ ਬਹੁਤ ਸਾਰੇ ਵੱਖਰੇ ਕਾਰਨ ਨੇ ਜਿਸ ਕਰਕੇ ਜਿੱਤਿਆ ਹੈਗਾ, ਇਕੱਲਾ ਇਹੀ ਨਹੀਂ ਹੈ ਕਿ ਸਿਰਫ ਉਹਨੂੰ ਘਰੇ ਬੈਠੇ ਨੂੰ ਆਪਣੇ ਜਿਤਾ ਤਾ, ਉਹਦੇ ਵਿੱਚ ਆਪਣੀ ਉਹਦੀ ਵੀ ਯੋਗਦਾਨ ਹੈਗਾ, ਉਹ ਜਿੱਤਿਆ। ਲੇਕਿਨ 4 ਤੋਂ ਇੱਕੋ ਹੀ ਆਈ ਨਾ ਸੀਟ ਪੰਜਾਬ 'ਚ, 3 ਤਾਂ ਉਹ ਵੀ ਖੋਲੀਆਂ ਲੋਕਾਂ ਨੇ, ਅਤੇ ਜਿਹੜੀ ਅਸੈਂਬਲੀ 'ਚ ਇੰਨੇ ਜਿਤਾਏ ਸੀ ਜਿੱਥੇ ਲੱਗਦਾ ਸਰਕਾਰ ਆਊਗੀ, ਹੁਣ ਪਤਾ ਹੈ ਕਿ ਜਿਤਾਏ ਸੀ ਸਰਕਾਰ ਵੀ ਨਹੀਂ ਬਣਾ ਸਕੇ, ਅਤੇ ਗਾਹਾਂ ਤਾਂ ਹੀ ਮੌਕਾ ਆਉਣਾ ਹੀ ਨਹੀਂ। ਇਸ ਕਾਰਨ ਕਰਕੇ ਜਿਹੜੇ ਸਮੀਕਰਨ ਦੱਸ ਰਹੇ ਨੇ, ਚਾਹੇ ਉਹ ਆਪ ਦੇ ਹੋਣ, ਚਾਹੇ ਉਹ BJP ਦੇ ਹੋਣ, ਚਾਹੇ ਉਹ ਅਕਾਲੀ ਦਲ ਦੇ ਹੋਣ, ਇੰਨੀਆਂ ਥਾਵਾਂ 'ਤੇ ਟੁੱਟ ਭੱਜ ਗਈਆਂ ਸਾਰੀਆਂ ਪਾਰਟੀਆਂ, ਜਿਨ੍ਹਾਂ ਤੋਂ ਲੋਕ ਸਮਝਦੇ ਆ ਵੀ ਇਹਨਾਂ ਦੇ ਹੱਥਾਂ ਵਿੱਚ ਜਿਤਾ ਵੀ ਦੇਈਏ ਤਾਂ ਵੀ ਇਹ ਕੈਪੇਬਲ ਨਹੀਂ ਕਿ ਸਰਕਾਰ ਬਣਾ ਸਕਣ, ਚਲਾ ਸਕਣ, ਲੜਾਈਆਂ ਲੜ ਲੈਂਦੇ। ਪਰ ਉਹ ਉਮੀਦ 'ਤੇ ਬੈਠੇ ਨੇ ਕਿ ਦਿੱਲੀ ਦੇ ਵਿੱਚ ਜੇ ਸਰਕਾਰ ਕੇਜਰੀਵਾਲ ਦੀ ਬਣੀ ਤਾਂ ਪੰਜਾਬ ਦੇ ਵਿੱਚ ਸਾਨੂੰ ਫਾਇਦਾ ਮਿਲੇਗਾ। ਅੱਗੇ ਵੀ ਸੀ, ਪਹਿਲਾਂ ਵੀ ਇੱਥੇ ਕੇਜਰੀਵਾਲ ਦੀ ਸਰਕਾਰ ਸੀ, ਕਿੰਨਾ ਫਾਇਦਾ ਮਿਲਿਆ, ਕੇਜਰੀਵਾਲ ਸਰਕਾਰ ਸੀ, 4 ਤੋਂ 3 ਇੱਕੋ ਹੀ ਰਹਿ ਗਿਆ ਨਾ, ਕਿਹੜੇ ਕਿੱਥੇ ਮਿਲਿਆ ਫਾਇਦਾ? ਕੇਜਰੀਵਾਲ ਹੀ ਸੀ ਜਦੋਂ ਸਾਰਿਆਂ ਥਾਵਾਂ 'ਤੇ ਬੈਠ ਕੇ ਉੱਥੇ ਸਾਰੀ ਸਾਡੀ ਆਪ ਦੇ ਲੋਕ ਬਾਗੀ ਹੋਏ ਨੇ, MLA ਛੱਡ ਕੇ ਗਏ ਨੇ, ਕੇਜਰੀਵਾਲ ਸਰਕਾਰ ਹੀ ਸੀ ਇੱਥੇ, ਕੋਈ ਫਰਕ ਨਹੀਂ ਪੈਂਦਾ। ਦਿੱਲੀ ਵੱਖਰੀ ਚੀਜ਼ ਹੈ, ਵੱਖਰੀ ਸਟੇਟ ਹੈ, ਇਹਨਾਂ ਦੀ ਸਾਈਕੋਲੋਜੀ, ਇਹਨਾਂ ਦਾ ਥਾਟ ਸੱਚੀਆਂ ਹੁੰਦੀਆਂ ਵੱਖਰੀਆਂ ਹੁੰਦੀਆਂ ਹੈਗੀਆਂ, ਇਹਦਾ ਪੰਜਾਬ ਦੇ ਨਾਲ ਉੱਤੇ ਸਾਡੇ 'ਤੇ ਕੋਈ ਅਸਰ ਨਹੀਂ ਪੈਣਾ। ਸੋ ਬਿਲਕੁਲ, ਚੋਣਾਂ ਭਾਵੇਂ ਦਿੱਲੀ ਦੇ ਵਿੱਚ ਹੋ ਰਹੀਆਂ ਨੇ, ਪਰ ਪੰਜਾਬੀਆਂ ਦਾ ਜ਼ੋਰ ਵੀ ਪੂਰਾ ਜਿਸ ਤਰੀਕੇ ਦੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਲੱਗਾ ਹੋਇਆ, ਚਾਹੇ ਕਾਂਗਰਸ ਪਾਰਟੀ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ, ਭਾਜਪਾ ਦੇ ਨੇਤਾ ਵੀ ਇੱਥੇ ਪਹੁੰਚੇ ਹੋਏ ਨੇ। ਸੋ ਬੀਬੀ ਰਜਿੰਦਰ ਕੌਰ ਭੱਠਲ ਹੋਣਾ ਦੇ ਨਾਲ ਸਾਡੀ ਇਹ ਗੱਲਬਾਤ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਬੀਬੀ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਸੋ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਸ਼ਖਸੀਅਤ, ਹੋਰ ਮੁੱਦੇ ਦੇ ਨਾਲ ਫਿਰ ਮੁਲਾਕਾਤ ਹੋਵੇਗੀ, ਤੁਸੀਂ ਇੱਦਾਂ ਹੀ ਬਣੇ ਰਹੋ ਪ੍ਰਾਈਮ ਏਸ਼ੀਆ TV ਦੇ ਨਾਲ।